ਕੰਨ ਦੀਸਾ ਸੀਗਲ ਦੀਸਾਰਾ ਨੂੰ ਸੋ ਅੱਜ ਮੈਂ ਪੰਜਾਬ ਪਟਵਾਰੀ ਆਨਲਾਈਨ ਕਲਾਸਸ ਦਾ ਲੈਕਚਰ 2 ਤੁਹਾਡੇ ਲਈ ਲੈ ਕੇ ਆ ਰਿਹਾ ਸੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਲੈਕਚਰ 1 ਦੇ ਵਿੱਚ ਆਪਾਂ ਕੰਪਿਊਟਰ ਸਬਜੈਕਟ ਡਿਸਕਸ ਕਰਿਆ ਸੀਗਾ ਸੋ ਅੱਜ ਵੀ ਆਪਣਾ ਜਿਹੜਾ ਸਬਜੈਕਟ ਕਿਹੜਾ ਡਿਸਕਸ ਕਰਾਂਗੇ ਜੀ ਕੰਪਿਊਟਰ ਦਾ ਠੀਕ ਹੈ ਸੋ ਟੈਨਸ਼ਨ ਨਹੀਂ ਲੈਣੀ ਸਾਰਿਆਂ ਨੇ ਮੈਂ ਸਾਰੇ ਸਬਜੈਕਟ ਤੁਹਾਨੂੰ ਕਵਰ ਕਰਵਾ ਦੂੰਗਾ ਠੀਕ ਹੈ ਸੋ ਬਸ ਛੋਟੀ ਜੀ ਰਿਕਵੈਸਟ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਦੇਖੋ ਮੈਂ ਟਾਰਗੇਟ ਰੱਖਿਆ ਸੀ ਕਿ 1000 ਵੀਊਅ ਆਣ ਚਾਹੀਦੇ ਠੀਕ ਹੈ ਪਰ ਹਜੇ ਆਏ ਨਹੀਂ ਵੱਤਵਾ ਦੇ ਰਿਫਰੈਂਸ ਨਾਲ ਸ਼ੇਅਰ ਕਰਿਓ ਵੱਤਵਾ ਦਾ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕੋਈ ਕਮੈਂਟ ਉਹਦਾ ਕਮੈਂਟ ਕਰ ਦਿਆ ਕਰੋ ਪੁੱਛਣਾ ਕੁਝ ਹੈ ਛੰਦੇਣਾ ਠੀਕ ਹੈ ਸੋ ਸਭ ਤੋਂ ਪਹਿਲਾਂ ਦੇਖੋ ਜੀ ਦੋ ਕਮੈਂਟ ਆਏ ਸੀਗੇ ਇਸ ਪਹਿਲੇ ਵੀਡੀਓ ਦੇ ਫਰਸਟ ਲੈਕਚਰ ਦੇ ਉੱਪਰ ਦੇਖੋ ਪਹਿਲਾ ਰਾਜੇਤ ਕੁਮਾਰ ਜੀ ਨੇ ਕਿਹਾ ਤਾਂ ਕਹਿੰਦਾ ਜੀ ਸਿਰਾ ਗੱਲ ਬਾਤ ਤੇ ਦਿਲ ਖੁਸ਼ ਕਰਤਾ ਜਦੋਂ ਮੈਂ ਕਮੈਂਟ ਵੜਿਆ ਠੀਕ ਹੈ ਜੀ ਸੈਕਿੰਡ ਦੇਖੋ ਰਵਿੰਦਰ ਬਰਾੜ ਜੀ ਨੇ ਵੀ ਕਿਹਾ ਸੀ ਕਿ ਗੁੱਡ ਕੁਐਸਚਨਸ ਐਂਡ ਨਾਈਸ ਐਕਸਪਲੇਨੇਸ਼ਨ ਠੀਕ ਹੈ ਸੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਠੀਕ ਹੈ ਦਿਲ ਨੂੰ ਖੁਸ਼ੀ ਮਿਲਦੀ ਹੈ ਪਰ ਵਧੀਆ ਵਧੀਆ ਵੀਡੀਓ ਬਣਾਉਣ ਦੇ ਵਿੱਚ ਜੀ ਕਰਦਾ ਠੀਕ ਹੈ ਸੋ ਚਲੋ ਜੀ ਸਟਾਰਟ ਕਰਦੇ ਆ ਅੱਜ ਦੀ ਸੈਕੰਡ ਵੀਡੀਓ ਸੈਕੰਡ ਲੈਕਚਰ ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਦਾ স্মੋਲੇਸਟ ਹਾਈ ਸਪੀਡ ਸਟੋਰੇਜ ਏਰੀਆ ਇਨ ਦਾ CPU ਜਿਹੜੀ ਤੁਹਾਡੀ CPU ਦੀ ਚਿਪ ਹੁੰਦੀ ਹੈ ਉਹਦੇ ਵਿੱਚ ਇੱਕ ਹਾਈ ਸਪੀਡ ਸਟੋਰੇਜ ਏਰੀਆ ਹੁੰਦਾ ਪਰ ਹੁੰਦਾ ਕਿ ਆ স্মੋਲੇਸਟ ਹੁੰਦਾ ਛੋਟਾ ਜਾਂਦਾ ਡਾਟਾ ਬਿਲਕੁਲ ਛੋਟਾ ਜਿਹਾ ਸਟੋਰ ਕਰ ਸਕਦਾ ਪਰ ਸਪੀਡ ਉਹਦੀ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਹੈ ਸੋ ਚਾਰ ਆਪਸ਼ਨ ਦਿੱਤੇ ਨੇ ਤੁਹਾਡਾ ਆਨਸਰ ਆਏਗਾ ਜੀ ਰਜਿਸਟਰਸ ਠੀਕ ਹੈ ਰਜਿਸਟਰ ਕਿਹਿਆ CPU ਦੇ ਵਿੱਚ ਹੁੰਦੇ ਨੇ ਇਹਦੇ ਵਿੱਚ ਕਿ ਸਮਾਲ ਸਮਾਲ ਟਾਈਪ ਦਾ ਤੁਸੀਂ ਡਾਟਾ ਸਟੋਰ ਕਰ ਸਕਦੇ ਹੋ ਬਟ ਇਹਨਾਂ ਦੀ ਸਪੀਡ ਕੀ ਹੁੰਦੀ ਹੈ ਹਾਈ ਸਪੀਡ ਹੁੰਦੀ ਹੈ ਠੀਕ ਹੈ ਜੀ ਸੋ ਨੈਕਸਟ ਕੁਐਸਚਨ ਦੇਖੋ ਜੀ ਨੈਕਸਟ ਕੁਐਸਚਨ ਹੈਗਾ ਵਿਚ ਆਫ ਦਾ ਫੋਲੋਇੰਗ ਡਿਵਾਈਸ ਵਿਚ ਆਫ ਦਾ ਫੋਲੋਇੰਗ ਡਿਵਾਈਸ ਇਜ਼ ਯੂਜ਼ਡ ਫੋਰ ਵੀਡੀਓ ਗੇਮਸ ਫਲਾਈਟ ਸਿਮੂਲੇਟਰਸ ਟ੍ਰੇਨਿੰਗ ਸਿਮੂਲੇਟਰਸ ਐਂਡ ਫੋਰ ਕੰਟਰੋਲਿੰਗ ਇੰਡਸਟਰੀਅਲ ਰੋਬੋਟਸ ਠੀਕ ਹੈ ਕਹਿੰਦਾ ਕਿਹੜਾ ਐਡਵਾਈਸ ਯੂਜ਼ ਹੁੰਦਾ ਅਗਰ ਤੁਸੀਂ ਕੋਈ ਗੇਮਾਂ ਖੇਡਣੀਆਂ ਨੇ ਐਕਚੁਅਲੀ ਉਹ ਫਲਾਈਟ ਸਿਮੂਲੇਟਰ ਫਲਾਈਟ ਸਿਮੂਲੇਟਰ ਦੇਖੋ ਜਹਾਜ਼ ਚਲਾਉਣ ਵਾਸਤੇ ਅਗਰ ਕਿਸੇ ਨੇ ਸਿੱਖਣਾ ਹੈ ਕੋਈ ਪਾਇਲਟ ਬੰਨਾ ਹੈ ਉਹਨੂੰ ਸਿੱਧਾ ਤਾਂ ਹੈ ਨਹੀਂ ਯਾਰ ਉਹਨੂੰ ਸਿੱਧਾ ਜਹਾਜ਼ ਫੜਾ ਦੇਣਗੇ ਚਲਾ ਲੈ ਕੀ ਪਤਾ ਉਹਨੂੰ ਕਿੱਦੇ ਚ ਮਾਰੂਗਾ ਉਹ ਠੀਕ ਹੈ ਪਹਿਲਾਂ ਉਹਨੂੰ ਸਿਮੂਲੇਟਰ ਦੇ ਉੱਪਰ ਪ੍ਰੈਕਟਿਸ ਕਰਾਉਂਦੇ ਨੇ ਠੀਕ ਹੈ ਮਤਲਬ ਇੱਕ ਡੁਪਲੀਕੇਟ ਜਿਹਾ ਹੀ ਹੁੰਦਾ ਕਮਰੇ ਦੇ ਵਿੱਚ ਬਿਠਾ ਦਿਆ ਜਿਵੇਂ ਉਹਨੂੰ ਸਿਮੂਲੇਟਰ ਬਣਾਉਗਾ ਚਲਾਉਣ ਵਾਸਤੇ ਕੀ ਹੈ ਚਲਾ ਕੇ ਦੇਖੂਗਾ ਉਹ ਵੀ ਹਾਂ ਹੁਣ ਫੀਲਿੰਗ ਜਾਈ ਹੋਗੀ ਹਾਂ ਵੀ ਇਸ ਤਰ੍ਹਾਂ ਜਾ ਚੱਲਦਾ ਠੀਕ ਹੈ ਸੋ ਟ੍ਰੇਨਿੰਗ ਦੇਣ ਵਾਸਤੇ ਹੁੰਦਾ ਹੈ ਨੈਕਸਟ ਵੀ ਦਿੱਤਾ ਦੇਖੋ ਟ੍ਰੇਨਿੰਗ ਸਿਮੂਲੇਟਰ ਠੀਕ ਹੈ ਟ੍ਰੇਨਿੰਗ ਵਗੈਰਾ ਦਿੰਦੇ ਨੇ ਠੀਕ ਹੈ ਸਿਮੂਲੇਟਰ ਬਣੇ ਹੁੰਦੇ ਨੇ ਜਿਵੇਂ ਹੁਣ ਆਰਮੀ ਦੀ ਕੋਈ ਟ੍ਰੇਨਿੰਗ ਟੂ ਨਹੀਂ ਲੱਗੀ ਆ ਹੁਣ ਤੋਪ ਐ ਸਿੱਧਾ ਤੈਣੀਆ ਤੋਪ ਦੇ ਵਿੱਚ ਬਿਠਾ ਦਾ ਬੰਬ ਚਲਾ ਦੋ ਠੀਕ ਹੈ ਸੋ ਸਿਮੂਲੇਟਰ ਬਣੇ ਹੁੰਦੇ ਨੇ ਸਿੱਖਣ ਵਾਸਤੇ ਗੱਡੀਆਂ ਵਾਸਤੇ ਵੀ ਹੁੰਦੇ ਨੇ ਤੁਸੀਂ ਘਾਰ ਡਰਾਈਵਿੰਗ ਵਗੈਰਾ ਸਿੱਖਣੀ ਹੈ ਸੋ ਨੈਕਸਟ ਕੀ ਦਿੱਤਾ ਹੈ ਕੰਟਰੋਲਿੰਗ ਇੰਡਸਟਰੀਅਲ ਰੋਬੋਟ ਰੋਬੋਟ ਵਗੈਰਾ ਨੂੰ ਕੰਟਰੋਲ ਕਰਨ ਵਾਸਤੇ ਠੀਕ ਹੈ ਸੋ ਕਿਹੜੇ ਡਿਵਾਈਸ ਯੂਜ਼ ਹੁੰਦਾ ਹੈ ਚਾਰ ਆਪਸ਼ਨ ਦਿੱਤੇ ਆ ਮਾਊਸ ਲਾਈਟ ਪੈਨ ਜੁਆਇਸਟਿਕ ਕੀਬੋਰਡ ਮਾਊਸ ਤੇ ਕੀਬੋਰਡ ਤਾਂ ਆਮ ਕੰਪਿਊਟਰਾਂ 'ਚ ਚੀਜ਼ ਹੁੰਦਾ ਹੈ ਠੀਕ ਹੈ ਲਾਈਟ ਪੈਨ ਕੀ ਹੁੰਦਾ ਡਿਵਾਈਸ ਦੇ ਉੱਪਰ ਲਾਈਟ ਜੀ ਵੱਜਦੀ ਹੈ ਹਾਈਲਾਈਟ ਕਰਨ ਵਾਸਤੇ ਠੀਕ ਹੈ ਸੋ ਸਪੋਜ਼ ਕਰ ਲਓ ਤੁਸੀਂ ਸਕਰੀਨ ਦੇ ਉੱਪਰ ਮੈਂ ਕੋਈ ਚੀਜ਼ ਹਾਈਲਾਈਟ ਕਰਨੀ ਆ ਤਾਂ ਲਾਈਟ ਪੈਨ ਦੇ ਥਰੂ ਕਿ ਉਹਨੂੰ ਹਾਈਲਾਈਟ ਕਰ ਸਕਦਾ ਠੀਕ ਹੈ ਸੋ ਨੈਕਸਟ ਆ ਗਿਆ ਜੁਆਇਸਟਿਕ ਜੁਆਇਸਟਿਕ ਯੂਜ਼ ਹੁੰਦੀ ਹੈ ਜੇ ਅਗਰ ਤੁਸੀਂ ਵੀਡੀਓ ਗੇਮ ਕਈ ਚਵਕਾਂ ਨੇ ਖੇਡੀਆਂ ਹੋਣਗੀਆਂ ਪਹਿਲਾਂ ਸਾਡੇ ਟਾਈਮ ਤੇ ਤਾਂ ਹੁੰਦੀ ਸੀ ਬਹੁਤ ਖੇਡਦੇ ਸੀ ਵੀਡੀਓ ਗੇਮ ਹੁਣ ਤਾਂ ਦੇਖੋ ਜੀ ਪਬਜੀ ਦਾ ਟਾਈਮ ਆ ਗਿਆ ਠੀਕ ਹੈ ਸੋ ਜੁਆਇਸਟਿਕ ਯੂਜ਼ ਹੁੰਦੀ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਜੁਆਇਸਟਿਕ ਹੋਣ ਦੀ ਗੱਜੀ ਹੈ ਸੋ ਇਹ ਹੁੰਦੀ ਹੈ ਜੀ ਜੁਆਇਸਟਿਕ ਠੀਕ ਹੈ ਇਹਦੇ ਨਾਲ ਤੁਸੀਂ ਵੀਡੀਓ ਗੇਮਾਂ ਖੇਡ ਸਕਦੇ ਹੋ ਫਲਾਈਟ ਚਲਾਣੀਆਂ ਸਿਮੂਲੇਟਰ ਹੁੰਦੇ ਨੇ ਜਿਹੜੇ ਉਹਦੇ ਵਿੱਚ ਵੀ ਯੂਜ਼ ਹੁੰਦੀ ਹੈ ਟ੍ਰੇਨਿੰਗ ਦੇ ਵਿੱਚ ਵੀ ਹੁੰਦੀ ਹੈ ਰੋਬੋਟ ਵਗੈਰਾ ਨੂੰ ਕੰਟਰੋਲ ਕਰਨਾ ਤਾਂ ਵੀ ਹੁੰਦਾ ਦੇਖੋ ਚਾਰੇ ਪਾਸੇ ਘੁੰਮਦੀ ਹੈ 360 ਡਿਗਰੀ ਤੇ ਕਿੱਧਰ ਕਿਹੜੀ ਮਰਜ਼ੀ ਡਾਇਰੈਕਸ਼ਨ ਚ ਮੂਵ ਕਰੋਗੇ ਉਹ ਚੀਜ਼ ਉਧਰ ਹੀ ਮੂਵ ਕਰੇਗੀ ਸੋ ਦੇ ਦੇ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈਗਾ ਜੀ ਵਾਟ ਆਰ ਦਾ ਇਨਪੁਟ ਡਿਵਾਈਸਸ ਦੈਟ ਅਨੇਵਰ ਡਾਇਰੈਕਟ ਡਾਟਾ ਐਂਟਰੀ ਇੰਟੂ ਕੰਪਿਊਟਰ ਸਿਸਟਮ ਫਰੋਮ ਸੋਰਸ ਡਾਕੂਮੈਂਟਸ ਕਹਿੰਦਾ ਕਿਹੜਾ ਇਨਪੁਟ ਡਿਵਾਈਸ ਹੈ ਜਿਹੜਾ ਕਿ ਇਹ ਡਾਟਾ ਐਂਟਰੀ ਨੂੰ ਡਾਇਰੈਕਟ ਤੁਹਾਡੇ ਕੰਪਿਊਟਰ ਦੇ ਵਿੱਚ ਪਾ ਦੇਗਾ ਫ੍ਰੋਮ ਸੋਰਸ ਡਾਕੂਮੈਂਟਸ ਕਹਿੰਦਾ ਮੰਨ ਲਓ ਤੁਹਾਡੇ ਕੋਲ ਕੋਈ ਡਾਕੂਮੈਂਟਸ ਪਏ ਨੇ ਠੀਕ ਹੈ ਮੇਰੇ ਕੋਲ ਸਪੋਜ਼ ਕਰ ਕੋ ਨੋਟਸ ਪਏ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਨੇ ਤਾਂ ਮੈਨੂੰ ਕੀ ਯੂਜ਼ ਕਰਨਾ ਪਏਗਾ ਇਨਪੁਟ ਡਿਵਾਈਸ ਯੂਜ਼ ਕਰਨਾ ਪਏਗਾ ਉਸ ਦਾ ਨਾਮ ਹੈਗਾ ਸਕੈਨਰ ਸਕੈਨਰ ਦੇਖੋ ਜੀ ਕੀ ਹੁੰਦਾ ਸਕੈਨਰ ਦੇ ਵਿੱਚ ਕੀ ਤੁਸੀਂ ਪੇਜ ਰੱਖਦੇ ਹੋ ਉਹਦੇ ਤੋਂ ਲਾਈਟ ਜੀ ਪਾਸ ਕਰਦੀ ਹੈ ਉਹਨੂੰ ਸਕੈਨ ਕਰ ਦਿੰਦਾ ਤੇ ਉਹ ਸਾਰੀ ਇਮੇਜ ਬਣ ਕੇ ਤੁਹਾਡੇ ਕੰਪਿਊਟਰ ਦੇ ਵਿੱਚ ਸੇਵ ਹੋ ਜਾਂਦੀ ਹੈ ਜਿਸ ਤਰ੍ਹਾਂ ਫੋਟੋ ਸਟਰੀਟ ਵਾਲੀ ਮਸ਼ੀਨ ਤਾਂ ਸਾਰੇ ਨੇ ਦੇਖੀ ਹੋਈ ਆ ਸੋ ਉਹਦੇ ਵਿੱਚ ਵੀ ਲਾਈਟ ਜੀ ਪਾਸ ਹੁੰਦੀ ਆ ਉਹ ਪੇਜ ਨੂੰ ਪਹਿਲਾਂ ਸਕੈਨ ਕਰਦੀ ਆ ਫਿਰ ਉਹਦਾ ਪ੍ਰਿੰਟ ਆਊਟ ਕੱਢ ਦਿੰਦੀ ਆ ਪਰ ਸਕੈਨਰ ਦੇ ਵਿੱਚ ਕੀ ਸਕੈਨ ਕਰੇਗੀ ਉਹ ਪ੍ਰਿੰਟ ਆਊਟ ਨਹੀਂ ਕੱਢੇਗੀ ਉਹ ਕੰਪਿਊਟਰ ਦੇ ਵਿੱਚ ਸੇਵ ਕਰ ਦੇਗੀ ਉਸ ਚੀਜ਼ ਨੂੰ ਠੀਕ ਹੈ ਸੋ ਸਾਡਾ ਜਿਹੜਾ ਆਨਸਰ ਆ ਜਾਏਗਾ ਡਾਟਾ ਸਕੈਨਿੰਗ ਡਿਵਾਈਸਸ ਠੀਕ ਹੈ ਸੋ ਕਿਹੜੀ ਡਿਵਾਈਸ ਯੂਜ਼ ਕਰਦੇ ਆ ਡਾਟਾ ਸਕੈਨਿੰਗ ਡਿਵਾਈਸਸ ਉਹ ਡਿਵਾਈਸ ਦਾ ਨਾਮ ਕੀ ਹੁੰਦਾ ਉਹਦਾ ਨਾਮ ਹੁੰਦਾ ਜੀ ਸਕੈਨਰ ਠੀਕ ਹੈ ਸੋ ਮੋਸਟਲੀ ਤੁਸੀਂ ਦੇਖਿਆ ਹੋਣਾ ਕਿ ਅਸੀਂ ਡਾਕੂਮੈਂਟ ਸਕੈਨ ਕਰਨ ਵਾਸਤੇ ਇੱਕ ਪਲੇ ਸਟੋਰ ਦੇ ਵਿੱਚੋਂ ਐਪ ਡਾਊਨਲੋਡ ਕਰਦੇ ਹਾਂ ਜਿਹਦੇ ਨਾਮ ਹੈ ਕੈਮ ਸਕੈਨਰ ਬਹੁਤ ਸਾਰੇ ਸਟੂਡੈਂਟਸ ਨੇ ਯੂਜ਼ ਵੀ ਕੀਤੀ ਹੋएगी ਆਫਿਸ ਵਗੈਰਾ ਦੇ ਵਿੱਚ ਤਾਂ ਬਹੁਤ ਯੂਜ਼ ਹੁੰਦੀ ਹੈ ਠੀਕ ਹੈ ਕੋਈ ਵੀ ਡਾਕੂਮੈਂਟ ਮੇਲ ਕਰਨਾ ਹੈ ਪ੍ਰੋਫੈਸ਼ਨਲੀ ਤੁਸੀਂ ਸਕੈਨ ਕਰਕੇ ਮੇਲ ਵਗੈਰਾ ਕਰਾ ਸਕਦੇ ਹੋ ਠੀਕ ਹੈ ਸੋ ਸਕੈਨਰ ਹੁੰਦੇ ਆ ਅੱਜ ਕੱਲ ਦਾ ਮੋਬਾਈਲਾਂ ਦੇ ਵਿੱਚ ਹੀ ਆਈ ਜਾਂਦੇ ਆ ਠੀਕ ਹੈ ਜੀ ਸੋ ਨੈਕਸਟ ਦੇਖੋ ਵਿਚ ਆਫ ਦਾ ਫੋਲੋਇੰਗ ਇਜ਼ ਅ ਅਨਦਰ ਨੇਮ ਆਫ ਸਕੈਂਡਰੀ ਮੈਮਰੀ ਸਕੈਂਡਰੀ ਮੈਮਰੀ ਕੀ ਹੁੰਦੀ ਸਾਡੀ ਹਾਰਡ ਡਿਸਕ ਹਾਰਡ ਡਿਸਕ ਨੂੰ ਵੀ ਸੈਕੰਡਰੀ ਮੈਮਰੀ ਕਹਿੰਦੇ ਆ ਐਸਐਸਡੀ ਨੂੰ ਵੀ ਕਹਿੰਦੇ ਆ ਐਸਐਸਡੀ ਮੈਂ ਤੁਹਾਨੂੰ ਦੱਸਿਆ ਸੀ ਸੋਲਿਡ ਸਟੇਟ ਡਿਸਕ ਹੁੰਦੀ ਹੈ ਜਿਹੜੀ ਕਿ ਹਾਰਡ ਡਿਸਕ ਨਾਲੋਂ ਥੋੜੀ ਜਿਹੀ ਫਾਸਟ ਹੁੰਦੀ ਹੈ ਪਰ ਥੋੜੀ ਜਿਹੀ ਐਕਸਪੈਂਸਿਵ ਹੁੰਦੀ ਹੈ ਹੁਣ ਜਿਹੜੇ ਆਣ ਵਾਲੇ ਟਾਈਮ ਤੇ ਕੰਪਿਊਟਰ ਆਈ ਜਾਂਦੇ ਨੇ ਜਾਂ ਹੁਣ ਵੀ ਤੁਸੀਂ ਖਰੀਦਦੇ ਹੋ ਤਾਂ ਹਾਰਡ ਡਿਸਕ ਦੀ ਜਗ੍ਹਾ ਤੇ ਉੱਥੇ ਐਸਐਸਡੀ ਹੀ ਲੱਗੀ ਹੁੰਦੀ ਹੈ ਔਰ ਅਗਰ ਕਿਸੇ ਸਟੂਡੈਂਟ ਨੇ ਨਵਾਂ ਲੈਪਟਾਪ ਪਰਚੇਸ ਕਰਨਾ ਤਾਂ SSD ਵਾਲਾ ਹੀ ਖਰੀਦਿਓ ਠੀਕ ਹੈ ਚਾਹੇ ਥੋੜਾ ਜਿਹਾ ਮਹਿੰਗਾ ਪੈ ਜਾਊ ਪਰ ਹੀ ਸਪੀਡ ਬਹੁਤ ਜ਼ਿਆਦਾ ਫਾਸਟ ਹੋਊਗੀ ਉਹ ਚਲਾਉਣ ਦੀ ਸੋ ਨਿਆਰਾ ਆ ਜਾਂਦਾ ਠੀਕ ਹੈ ਜੋ ਕੰਮ ਹੀ ਨਾ ਕਰੇ ਸਲੋ ਜਾ ਚੱਲੇ ਫਿਰ ਨਿਆਰਾ ਜਾਂ ਨਹੀਂ ਆਉਂਦਾ ਠੀਕ ਹੈ ਮੇਰੇ ਕੋਲ ਲੈਪਟਾਪ ਖਰੀਦਾ ਹੈ ਮੈਂ ਖਰੀਦਾ ਸੀਗਾ 2012 ਜਾਂ 13 ਚ ਉਸ ਟਾਈਮ ਦੇ ਉੱਪਰ SSD ਹੈ ਆਈ ਹੀ ਨਹੀਂ ਸੀਗੀ ਹਾਰਡ ਡਿਸਕ ਸੀਗੀ ਸੋ ਮੇਰੇ ਲੈਪਟਾਪ ਦੀ ਪਰਫਾਰਮੈਂਸ ਜਮਾਂ ਸਲੋ ਹੋ ਰਹੀ ਸੀ ਤੇ ਮੇਰਾ ਮਨ ਕਰਦਾ ਯਾਰ ਵੇਚ ਕੇ ਨਵਾਂ ਲੈ ਲਈਏ ਠੀਕ ਹੈ ਮੈਂ ਹੁਣ ਲੈਨਵੀ ਵਾਲਾ ਸੀਗਾ ਪਰ ਫਿਰ ਮੈਂ ਕਹਾ ਯਾਰ SSD ਨਾ ਪਵਾ ਕੇ ਦੇਖੀਏ ਜਦੋਂ ਦੀ ਮੈਂ SSD ਪਵਾਈ ਉਹਦੀ ਪਰਫਾਰਮੈਂਸ ਹੈ ਪੂਰਾ ਮਲਾਈ ਵਾਂਗੂ ਚੱਲਦਾ ਠੀਕ ਹੈ ਸੋ SSD ਪਵਾ ਲਓ ਅਗਰ ਤੁਹਾਡੇ ਲੈਪਟਾਪ ਜਾਂ ਕੰਪਿਊਟਰ ਵੀ ਸਲੋ ਚੱਲਦਾ ਹੈ ਠੀਕ ਹੈ ਜੀ ਸੋ ਦੇਖੋ ਸੈਕੰਡਰੀ ਮੈਮਰੀ ਹੈ ਜਿਹੜੀ ਇੱਥੇ ਕੁਐਸਚਨ ਸੀਗਾ ਸੈਕੰਡਰੀ ਮੈਮਰੀ ਕਿਹੜੀ ਹੈ ਸੈਕੰਡਰੀ ਮੈਮ ਦਾ ਹੋਰ ਨਾਮ ਕੀ ਹੁੰਦਾ ਉਹਦਾ ਐਕਸੈਲਰੀ ਮੈਮਰੀ ਸੈਕੰਡਰੀ ਮੈਮਰੀ ਨੂੰ ਸੀ ਐਕਸੈਲਰੀ ਮੈਮਰੀ ਵੀ ਕਹਿੰਦੇ ਆ ਠੀਕ ਹੈ ਜੀ ਜਿਹੜੀ ਇੱਥੇ অপਸ਼ਨ ਨੰਬਰ ਸੀ ਦਿੱਤੀ ਹੈ ਮੇਨ ਮੈਮਰੀ ਮੇਨ ਮੈਮਰੀ ਦੇ ਵਿੱਚ ਆਉਂਦੀ ਹੈ RAM ਤੇ ROM RAM ਤੇ ROM ਕੀ ਚੀਜ਼ਾਂ ਨੇ ਇਹ ਦੋਨੇ ਹੈਗੀਆਂ ਪ੍ਰਾਇਮਰੀ ਮੈਮਰੀ ਜਿਨ੍ਹਾਂ ਨੂੰ ਅਸੀਂ ਪ੍ਰਾਇਮਰੀ ਮੈਮਰੀ ਕਹਿੰਦੇ ਆ ਜਾਂ ਮੇਨ ਮੈਮਰੀ ਕਹਿੰਦੇ ਆ ਠੀਕ ਹੈ RAM ਦਾ ਮਤਲਬ ਹੁੰਦਾ ਹੈ ਰੈਂਡਮ ਅਕਸੈਸ ਮੈਮਰੀ ਔਰ ROM ਦਾ ਮਤਲਬ ਹੁੰਦਾ ਹੈ ਰੀਡ ਓਨਲੀ ਮੈਮਰੀ ਦੋਨੋਂ ਮੈਮਰੀ ਨੂੰ ਅਸੀਂ ਮੇਨ ਮੈਮਰੀ ਵੀ ਕਹਿੰਦੇ ਆ ਜਾਂ ਕਹਿੰਦੇ ਆ ਪ੍ਰਾਇਮਰੀ ਮੈਮਰੀ ਜਿਹੜੀ ਹਾਰਡ ਡਿਸਕ ਹੁੰਦੀ ਹੈ ਜਾਂ SSD ਹੁੰਦੀ ਹੈ ਉਹਨਾਂ ਨੂੰ ਕਹਿੰਦੇ ਆ ਸੈਕੰਡਰੀ ਮੈਮਰੀ ਠੀਕ ਹੈ ਸੈਕੰਡਰੀ ਵੀ ਕਹਿੰਦੇ ਆ ਜਾਂ ਕਹਿੰਦੇ ਆ ਐਕਸਲਰੀ ਮੈਮਰੀ ਠੀਕ ਹੈ ਜੀ ਸੋ ਦੇ ਦੇ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈਗਾ ਜੀ which of the following is name given to the number of concrete circle on a disket disket ਕੀ ਹੁੰਦੀ ਆ ਹੁਣ ਠੀਕ ਹੈ ਜਿਸ ਤਰ੍ਹਾਂ ਥੋੜੀ ਕੋ ਹਾਰਡ ਡਿਸਕ ਬਣੀ ਹੁੰਦੀ ਆ ਉਹਦੇ ਵਿੱਚ ਕੀ ਛੋਟੀਆਂ ਛੋਟੀਆਂ ਡਿਸਕ ਲੱਗੀਆਂ ਹੁੰਦੀਆਂ ਨੇ ਸੀਡੀ ਸਾਰਿਆਂ ਨੇ ਦੇਖੀ ਹੋਗੀ ਸੀਡੀ ਦੀ ਫੁੱਲ ਫਾਰਮ ਹੁੰਦੀ ਆ ਕੰਪੈਕਟ ਡਿਸਕ ਠੀਕ ਹੈ ਸੀਡੀ ਪਲੇਅਰ ਸਾਰਿਆਂ ਨੇ ਦੇਖਿਆ ਵੀਡੀਓ ਦੇ ਵਿੱਚ ਕੈਸਟ ਪਾਉਣਾ ਸੀਡੀ ਬੋਲਦੇ ਆ ਸੋ ਜਿਹੜੀ ਹਾਰਡ ਡਿਸਕ ਹੁੰਦੀ ਆ ਉਹਦੇ ਵਿੱਚ ਕੀ ਕਾਫੀ ਸਾਰੀਆਂ ਸੀੜੀਆਂ ਲੱਗੀਆਂ ਹੁੰਦੀਆਂ ਆ ਲਾੜੋ ਠੀਕ ਹੈ ਇੱਕ ਕੇ ਸਿਲੰਡਰ ਦੀ ਸ਼ੇਪ ਚ ਹੁੰਦਾ ਉਹਦੇ ਉੱਪਰ ਸੀੜੀ ਉੱਪਰ ਸੀੜੀ ਉੱਪਰ ਸੀੜੀ ਲੱਗੇ ਹੁੰਦੇ ਜਿਹਦੇ ਉੱਪਰ ਆਪਾਂ ਡਾਟਾ ਸਟੋਰ ਕਰਦੇ ਹਾਂ ਠੀਕ ਹੈ ਹੁਣ ਕਿਹੜੇ ਜਿਹੜਾ ਉਹ ਕੰਕਰੀਟ ਸਰਕਲਸ ਬਣੇ ਹੁੰਦੇ ਨੇ ਜਿਹੜੇ ਸਰਕਲਸ ਬਣੇ ਹੁੰਦੇ ਆ ਉਹਨਾਂ ਨੂੰ ਕੀ ਕਹਿੰਦੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਜੀ ਸੈਕਟਰਸ ਆਓ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਜੀ ਟਰੈਕਸ ਠੀਕ ਹੈ ਜਿਹੜੇ ਉੱਪਰ ਕੀ ਉਹਦੇ ਉੱਪਰ ਸਰਕਲ ਬਣੇ ਹੁੰਦੇ ਆ ਉਹਨਾਂ ਨੂੰ ਕਹਿੰਦੇ ਟਰੈਕ ਔਰ ਜਿਹੜੇ ਉਹਦੇ ਵਿੱਚ ਛੋਟੇ ਛੋਟੇ ਪੋਰਸ਼ਨਸ ਹੁੰਦੇ ਆ ਜਿਹਦੇ ਉੱਪਰ ਡਾਟਾ ਸਟੋਰ ਹੁੰਦਾ ਉਹ ਮੈਂ ਫੋਟੋ ਵੀ ਦਿਖਾਣਾ ਹਾਂ ਠੀਕ ਹੈ ਕਲੀਅਰ ਹੋ ਜਾਏਗਾ ਫਿਰ ਤੁਹਾਨੂੰ ਇਹ ਦੇਖੋ ਇਹ ਜਿਹੜੀ ਥੋੜੀ ਕੋ ਹਾਰਡ ਡਿਸਕ ਹੁੰਦੀ ਹੈ ਉਹਦੇ ਵਿੱਚ ਇੰਟਰਨਲ ਪਾਰਟ ਦੀ ਡਾਇਗਰਾਮ ਦਿਖਾਣਾ ਦੇਖੋ ਪੂਰਾ ਫਰੇਮ ਬਣਿਆ ਹੋਇਆ ਉਹਨੂੰ ਕਹਿੰਦੇ ਸਿਲੰਡਰ ਠੀਕ ਹੈ ਉਹਦੇ ਵਿੱਚ ਦੇਖੋ ਜੀ ਗੋਲ ਕਲਰ ਦੇ ਜਿਹੜੇ yellow ਕਲਰ ਦੇ ਸਰਕਲ ਬਣੇ ਹੋਏ ਨੇ ਉਹ ਹੈਗੇ ਨੇ ਟਰੈਕ ਠੀਕ ਹੈ ਟਰੈਕ ਦੇ ਉੱਪਰ ਡਾਟਾ ਸੇਵ ਕਰਦੇ ਆ ਉਹ ਟਰੈਕ ਦੇ ਵਿੱਚ ਵੀ ਕਿ ਛੋਟੇ ਛੋਟੇ ਪਾਰਟੀਸ਼ਨ ਕੀਤੇ ਜਿਵੇਂ red ਕਲਰ ਦੀ ਕੀਤੀ ਹੋਈ ਹੈ ਉਹ ਹੈਗਾ ਜੀ ਇਹਦੇ ਸੈਕਟਰ ਠੀਕ ਹੈ ਉਹਦੇ ਰਾਈਟ ਹੈਂਡ ਸਾਈਡ ਦੇ ਉੱਪਰ ਕੀ ਦੇਖੋ ਲੱਗਾ ਹੋਇਆ ਜੀ ਹੈੱਡ ਲੱਗਾ ਹੋਇਆ ਜਿਸ ਨੂੰ ਅਸੀਂ ਰੀਡ ਐਂਡ ਰਾਈਟ ਹੈੱਡ ਬੋਲਦੇ ਆ ਠੀਕ ਹੈ ਕੋਈ ਵੀ ਡਿਸਕ ਦੇ ਵਿੱਚੋਂ ਤੁਸੀਂ ਕੋਈ ਡਾਟਾ ਰੀਡ ਕਰਨਾ ਜਾਂ ਰਾਈਟ ਕਰਨਾ ਫਿਰ ਇਹ ਹੈੱਡ ਮੂਵ ਕਰਦਾ ਠੀਕ ਹੈ ਤਾਂ ਉਹ ਡਾਟਾ ਫਾਈਂਡ ਆਊਟ ਕਰ ਦਿੰਦਾ ਸੋ ਉਹਦੇ ਵਿੱਚ ਸੀਡੀ ਦੇ ਵਿੱਚ ਕੀ ਹੁੰਦਾ ਸੋ ਟਰੈਕ ਬਣ ਜਾਂਦਾ ਉਹ ਟਰੈਕ ਦੇ ਵਿੱਚ ਕੀ ਬਣ ਜਾਂਦੇ ਛੋਟੇ ਛੋਟੇ ਸੈਕਟਰਸ ਸੋ ਦੇ ਦੇ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈਗਾ a set of changes to a computer program and its supporting data designed to update fix or improve it what is name given to this term theek hai kanda ek set of changes karde asi computer program de vich computer program kehnde software nu kisi bhi software nu asi program hi kennde ha ਠੀਕ ਹੈ ਕੰਦਰ ਕੋਈ ਸੈਟ ਆਫ ਚੇਂजेस ਕਰਦੇ ਆ ਜਿਹਦੇ ਨਾਲ ਕੀ ਆ ਉਹ ਸੌਫਟਵੇਅਰ ਅਪਡੇਟ ਹੋ ਜਾਂਦਾ ਜਾਂ ਫਿਕਸ ਹੋ ਜਾਂਦਾ ਜਾਂ ਇੰਪਰੂਵ ਕਰ ਜਾਂਦਾ ਫਿਕਸ ਕਰਨ ਦਾ ਮਤਲਬ ਕੀ ਹੁੰਦਾ ਕੋਈ ਜਿਹੜੇ ਪ੍ਰੋਬਲਮਸ ਸੀ ਉਹਨਾਂ ਨੂੰ ਅਸੀਂ ਫਿਕਸ ਕਰ ਦਿੰਨੇ ਆ ਸਹੀ ਕਰ ਦਿੰਨੇ ਆ ਜਿਵੇਂ ਕੋਈ ਵੀ ਸੌਫਟਵੇਅਰ ਮਾਰਕੀਟ ਦੇ ਵਿੱਚ ਆਉਂਦਾ ਹੈ ਉਹਦੇ ਵਿੱਚ ਕੋਈ ਨਾ ਕੋਈ ਪ੍ਰੋਬਲਮਸ ਹੁੰਦੀਆਂ ਨੇ ਯੂਜ਼ਰ ਉਹਨੂੰ ਫੀਡਬੈਕ ਕਰਦੇ ਆ ਕਿ ਯਾਰ ਇਹਦੇ ਵਿੱਚ ਆਹ ਪ੍ਰੋਬਲਮ ਹੈ ਇਹਦੇ ਵਿੱਚ ਆਹ ਪ੍ਰੋਬਲਮ ਫਿਰ ਉਹ ਫਿਕਸ ਕਰ ਦਿੰਦੇ ਨੇ ਠੀਕ ਹੈ ਸੋ ਜਿਹੜੀ ਚੀਜ਼ ਅਸੀਂ ਫਿਕਸ ਕਰਦੇ ਆ ਸੈਟ ਆਫ ਚੇਂजेस ਕਰਦੇ ਆ ਸੌਫਟਵੇਅਰ ਉਹਨਾਂ ਨੂੰ ਵੀ ਕਹਿੰਦੇ ਆ ਉਹਨਾਂ ਉਸ ਚੀਜ਼ ਨੂੰ ਕਹਿੰਦੇ ਜੀ ਪੈਚਿੰਗ ਜਿਵੇਂ ਸੌਫਟਵੇਅਰ ਹੁੰਦਾ ਕੋਈ ਥੋੜਾ ਕੋ ਪ੍ਰੋਪਰ ਕੰਮ ਨਹੀਂ ਕਰਦਾ ਫਿਰ ਉਹਦੇ ਉੱਪਰ ਅਸੀਂ ਪੈਚ ਚੜਾ ਦਿੰਦੇ ਆ ਜਾਂ ਪੈਚਿੰਗ ਕਰ ਦਿੰਦੇ ਆ ਮੀਨ ਜੋ ਸੌਫਟਵੇਅਰ ਕਿ ਐ ਅਪਡੇਟ ਹੋ ਗਿਆ ਕੋਈ ਪ੍ਰੋਬਲਮ ਸੀ ਤਾਂ ਫਿਕਸ ਹੋ ਗਈਆਂ ਹੁਣ ਕਿ ਐ ਅਪਡੇਟਡ ਹੈ ਇੰਪਰੂਵ ਹੋ ਗਿਆ ਸੋ ਉਸ ਚੀਜ਼ ਨੂੰ ਬੋਲਦੇ ਜੀ ਪੈਚਿੰਗ ਨੈਕਸਟ ਦੇਖੋ ਜੀ ਵਿਚ ਆਫ ਦਾ ਫੋਲੋਇੰਗ ਇਜ਼ ਅਨਦਰ ਨੇਮ 기ਵਨ ਟੂ ਦਾ ਐਲ ਸੀ ਡੀ ਡਿਸਪਲੇ ਐਲ ਸੀ ਡੀ ਬੋਲਦੇ ਜੀ ਲਿਕਵਿਡ ਕ੍ਰਿਸਟਲ ਡਿਸਪਲੇ ਨੂੰ ਠੀਕ ਹੈ ਸੋ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਦੋ ਤਰ੍ਹਾਂ ਦੀ ਹੁੰਦੀ ਇੱਕ ਐਲ ਸੀ ਡੀ ਹੁੰ एलसीडी ਦੇ ਵਿੱਚ ਕੀ ਲਿਕੁਇਡ ਕ੍ਰਿਸਟਲ ਡਿਸਪਲੇ ਦੇ ਵਿੱਚ ਜਿਹੜਾ ਕੀ ਇਹ ਲਿਕੁਇਡ ਪਾਇਆ ਹੁੰਦਾ ਤੇ ਜਿਹੜੀ ਐਲਈਡੀ ਹੁੰਦੀ ਹੈ ਉਹਦੇ ਵਿੱਚ ਲਾਈਟ ਇਮਿਟਡ ਡਾਇਓਡਸ ਹੁੰਦੇ ਨੇ ਛੋਟੇ ਛੋਟੇ ਲਾਈਟਸ ਹੁੰਦੀਆਂ ਨੇ ਠੀਕ ਹੈ ਪਰ ਇੱਥੇ ਇਹਨਾਂ ਨੇ ਪੁੱਛਿਆ ਕਿ ਐਲਸੀਡੀ ਦਾ ਇੱਕ ਹੋਰ ਨਾਮ ਵੀ ਆ ਉਹਨੂੰ ਕੀ ਨਾਮ ਨਾਲ ਜਾਣਦੇ ਆ ਉਹ ਉਹਦੇ ਟੀਐਫਟੀ ਠੀਕ ਹੈ ਟੀਐਫਟੀ ਵੀ ਕਹਿੰਦੇ ਐਲਸੀਡੀ ਨੂੰ ਟੀਐਫਟੀ ਦੀ ਫੁੱਲ ਫਾਰਮ ਕੀ ਹੁੰਦੀ ਹੈ ਟੀਐਫਟੀ ਦੀ ਫੁੱਲ ਫਾਰਮ ਹੁੰਦੀ ਹੈ ਥਿਨ ਫਿਲਮ ਟਰਾਂਜ਼ਿਸਟਰ ਠੀਕ ਹੈ ਥਿਨ ਫਿਲਮ ਟਰਾਂਜ਼ਿਸਟਰ ਇਹ TFT ਦੀ ਫੋਲਕ ਹੁੰਦੀ ਹੈ LCD ਦਾ ਹੀ ਜਿਹੜਾ ਨਵਾਂ ਨਾਮ ਹੈ ਸੋ ਦੇਖ ਲੈਣੇ ਆਪਾਂ ਕੀ ਹੁੰਦੀ ਹੈ TFT ਇਸ ਆ ਵੇਰੀਐਂਟ ਆਫ LCD दैट ਯੂਜ਼ਸ ਥਿਨ ਫਿਲਮ ਟਰਾਂਜ਼ਿਸਟਰ ਟੈਕਨੋਲੋਜੀ ਟੂ ਇੰਪਰੂਵ ਇਮੇਜ ਕੁਆਲਿਟੀ ਸੱਚ ਐਸ ਅਡਰੈਸਿਬਿਲਟੀ ਐਂਡ ਕੰਟਰਾਸਟ ਕਹਿੰਦੇ ਇਹ LCD ਦੀ ক্যাਟਾਗਰੀ ਹੈ ਪਰ ਇਹਦੇ ਵਿੱਚ ਕੀ ਹੈ ਕੰਟਰਾਸਟ ਵਗੈਰਾ ਵਧੀਆ ਦਿੰਦਾ ਮੀਨਸ ਕਲਰ ਵਗੈਰਾ ਥੋੜੇ ਜਿਹਾ ਵਧੀਆ ਕੁਆਲਿਟੀ ਦੇ ਦਿਖਦੇ ਆ ਠੀਕ ਹੈ ਜੀ TFT ਪਰ ਹੁਣ ਜਿਹੜੀ ਤੁਸੀਂ ਖਰੀਦਣੀ ਹੈ ਤਾਂ LED ਹੀ ਖਰੀਦਣੀ ਹੈ LED ਦਾ ਮਤਲਬ ਲਾਈਟ ਇਮੀਟਰ ਡਾਇਓਡ ਇਹ ਬਹੁਤ ਜਿਆਦਾ ਵਧੀਆ ਹੈ ਅਗਰ ਤੁਸੀਂ ਸਾਹਮਣੇ ਤੋਂ ਵੀ ਦੇਖੋਗੇ ਤੁਹਾਨੂੰ ਲੈਪਟਾਪ ਜਾਂ ਕੰਪਿਊਟਰ ਪੂਰਾ ਵਧੀਆ ਦਿਖੇਗਾ ਸਾਈਡ ਤੋਂ ਕਿਸੇ ਐਂਗਲ ਤੋਂ ਵੀ ਦੇਖੋਗੇ ਤਾਂ ਉਹ ਤੁਹਾਨੂੰ ਡਿਸਪਲੇ ਪੂਰੀ ਵਧੀਆ ਦਿਖੇਗੀ ਉਹ ਡਾਰਕ ਜੇ ਨਹੀਂ ਦਿਖਣਗੇ ਕਿ ਉਹ ਸ਼ੈਡੋ ਜੀ ਨਹੀਂ ਦਿਖੇਗੀ ਕਿ ਹਨੇਰਾ ਜਿਹਾ ਪੈ ਜਾਂਦਾ ਇੱਕ ਹੋਰ ਹੈ CRT CRT ਤਾਂ ਹੁਣ ਯਾਰ ਯੂਜ਼ ਹੋਣੋਂ ਹੀ हट ਗਈ ਠੀਕ ਹੈ ਪਰ ਪੇਪਰਾਂ 'ਚ ਪੁੱਛ ਲੈਂਦੇ ਆ CRT ਦੀ ਫੁੱਲ ਫਾਰਮ ਹੁੰਦੀ ਹੈ ਕੈਥੋਡ ਰੇ ਟਿਊਬ ਕੈਥੋਡ ਰੇ ਟਿਊਬ ਜਿਹੜੇ ਤੁਸੀਂ ਵੱਡੇ ਵੱਡੇ ਜਿਹੇ ਮੋਨੀਟਰ ਦੇਖਦੇ ਸੀਗੇ ਪਹਿਲਾਂ ਵਾਲੇ ਟੀਵੀ ਵਰਗੇ ਬਣਿਆ ਹੁੰਦੇ ਉਹਨਾਂ ਨੂੰ ਬੋਲਦੇ ਸੀ ਸੀਆਰਟੀ ਉਹ ਹੁੰਦੇ ਕੈਥੋਡ ਰੇ ਟਿਊ ਠੀਕ ਹੈ ਸੋ ધ ਨੈਕਸਟ ਕੁਐਸਚਨ ਹਾਊ ਮੈਨੀ ਪਿੰਸ ਆਰ देयर ਔਨ ਅ ਵੀਡੀਓ ਗ੍ਰਾਫਿਕ ਐਰੇ ਕਨੈਕਟਰ ਠੀਕ ਹੈ ਸੋ ਕਿੰਨੀਆਂ ਪਿੰਨ ਹੁੰਦੀਆਂ ਨੇ ਜਿਹੜਾ ਵੀਡੀਓ ਗ੍ਰਾਫਿਕ ਐਰੇ ਕਨੈਕਟਰ ਹੁੰਦਾ ਇਹਦੇ ਵਿੱਚ ਪਿੰਨ ਹੁੰਦੀਆਂ ਨੇ ਜੀ 15 ਠੀਕ ਹੈ ਇਹ ਕਨੈਕਟਰ ਕੀ ਕਰਦਾ ਹੈ ਇਹ ਕਨੈਕਟਰ ਕੀ ਇੱਕ ਲੀਡ ਹੁੰਦੀ ਹੈ ਇੱਕ ਤਾਰ ਹੁੰਦੀ ਹੈ ਜਿਹੜੀ ਤੁਹਾਡੇ CPU ਨੂੰ ਤੁਹਾਡੇ ਮੋਨੀਟਰ ਨਾਲ ਕਨੈਕਟ ਕਰਦੀ ਹੈ ਮਤਲਬ ਇਹ ਜਿਹੜੀ ਤੁਹਾਡੀ ਵੀਡੀਓ ਹੁੰਦੀ ਹੈ ਜਾਂ ਗ੍ਰਾਫਿਕਸ ਹੁੰਦੀ ਹੈ ਉਸ ਚੀਜ਼ ਨੂੰ ਤੁਹਾਡੀ ਮੋਨੀਟਰ ਦੇ ਉੱਪਰ ਡਿਸਪਲੇ ਕਰਦੀ ਹੈ ਸੋ ਇਹ ਕਨੈਕਟਰ ਦਿਖਾ ਦਿੰਨਾ ਮੈਂ ਤੁਹਾਨੂੰ ਕਹਿ ਜਾਉਂਦਾ ਸੋ ਇਹ ਹੈਗਾ ਜੀ ਵੀਡੀਓ ਗ੍ਰਾਫਿਕ ਐਰੇ ਕਨੈਕਟਰ ਠੀਕ ਹੈ ਸਾਰਿਆਂ ਨੇ ਦੇਖਿਆ ਹੋਵੇਗਾ ਇਹਦੇ ਪਿੰਨਾ ਪੁੱਛਿਆ ਨੇ ਕਿੰਨੀਆਂ ਪਿੰਨਾ ਹੁੰਦੀਆਂ ਇਹਦੀਆਂ ਪਿੰਨਾ ਹੁੰਦੀਆਂ ਨੇ ਜੀ 15 ਪਿੰਨਾ ਠੀਕ ਹੈ ਗਿਣ ਕੇ ਦੇਖ ਲਓ 5 5 ਦੇਖੋ 5 ਤਿੰਨ ਵਾਰੀ ਦਿੱਤੇ ਆ 5 5 5 ਠੀਕ ਆ 15 ਬਿੰਨਾਂ ਆਉਂਦੇ ਆ ਆਪਾਂ ਝੂਠ ਨਹੀਂ ਬੋਲਦੇ ਠੀਕ ਆ ਫੋਟੋ ਦਿਖਾ ਦਈ ਤੁਹਾਨੂੰ ਸਬੂਤ ਵਜੋਂ ਸੋ ਹੁਣ ਦੇਖੋ ਜੀ ਨੈਕਸਟ ਕੁਐਸਚਨ ਵਿਚ ਆਫ ਦਾ ਫੋਲੋਇੰਗ ਆਰ ਅਨਦਰ ਨੇਮ ਆਫ ਪੈਨ ਡਰਾਈਵ ਪੈਨ ਡਰਾਈਵ ਸਾਰਿਆਂ ਨੇ ਦੇਖੀ ਆ ਪੈਨ ਡਰਾਈਵ ਵਿੱਚ ਡਾਟਾ ਸਟੋਰ ਹੋ ਜਾਂਦਾ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਦੇ ਵਿੱਚ ਦੇਖੋ ਡਾਟਾ ਸਟੋਰ ਕਰਨਾ ਤਾਂ ਪੈਨ ਡਰਾਈਵ ਦੀ ਹੈਲਪ ਨਾਲ ਤੁਸੀਂ ਟਰਾਂਸਫਰ ਕਰ ਸਕਦੇ ਹੋ ਠੀਕ ਆ ਇਹਦੀ ਵੀ ਜਿਹੜੀ ਕੀ ਐ ਕਾਫੀ ਤਰ੍ਹਾਂ ਦਾ ਹੁੰਦਾ 8GB ਦੀ ਪੈਨ ਡਰਾਈਵ 16GB ਦੀ 32GB ਦੀ ਇਸ ਤਰ੍ਹਾਂ ਕਈ ਸਾਰੇ ਵੇਰੀਐਂਟਸ ਹੁੰਦੇ ਨੇ ਪੈਨ ਡਰਾਈਵ ਦੇ ਹੋਰ ਕੀ ਕੀ ਨਾਮ ਨੇ ਪੈਨ ਡਰਾਈਵ ਨੂੰ ਅਸੀਂ ਯੂਐਸਬੀ ਫਲੈਸ਼ ਡਰਾਈਵ ਕਹਿੰਦੇ ਹਾਂ ਠੀਕ ਹੈ ਸੋ ਇਹ ਸਹੀ ਹੈ ਆਪਸ਼ਨ ਬ੍ਰੇ ਯੂਐਸਬੀ ਫਲੈਸ਼ ਡਰਾਈਵ ਗਿਗ ਸਟਿਕ ਠੀਕ ਹੈ ਗਿਗ ਸਟਿਕ ਵੀ ਕਹਿੰਦੇ ਨੇ ਔਰ ਇਸ ਨੂੰ ਹੋਰ ਥੰਬ ਡਰਾਈਵ ਠੀਕ ਹੈ ਥੰਬ ਡਰਾਈਵ ਵੀ ਕਹਿੰਦੇ ਆ ਔਰ ਸਾਡਾ ਆਨਸਰ ਹੋ ਜਾਏਗਾ ਜੀ 올 ਆਫ ਦਾ ਅਬ ਠੀਕ ਹੈ ਸੋ ਸਾਰੇ ਨਾਮ ਕੀਤੇ ਨੇ ਪੈਨ ਡਰਾਈਵ ਦੇ ਨੇ ਯੂਐਸਬੀ ਫਲੈਸ਼ ਡਰਾਈਵ ਗਿਗ ਸਟਿਕ ਥੰਬ ਡਰਾਈ ਨੈਕਸਟ ਹੈ ਜੀ देयर इज अ सॉफ्टवेयर दैट प्रोटेक्ट अ कंप्यूटर अगेंस्ट वायरस बाय आइडेंटिफाइंग एंड रिमूविंग एनी कंप्यूटर वायरस व्हाट इज द नेम ऑफ दैट सॉफ्टवेयर ਠੀਕ ਹੈ ਇੱਕ সফটওয়্যার ਨੇ ਦਾ ਕੰਮ ਹੈ ਕੰਪਿਊਟਰ ਦੇ ਵਿੱਚ ਜਿਹੜਾ ਤੁਹਾਨੂੰ ਵਾਇਰਸ ਤੋਂ ਬਚਾਉਂਦਾ ਹੈ ਉਹ ਰਿਮੂਵ ਕਰਦਾ ਹੈ ਤੇ ਆਈਡੈਂਟੀਫਾਈ ਕਰਦਾ ਹੈ ਵਾਇਰਸ ਨੂੰ ਸੋ ਉਹਦਾ ਨਾਮ ਕੀ ਹੈ ਉਹਦਾ ਨਾਮ ਹੈ ਜੀ ਐਂਟੀਵਾਇਰਸ ਠੀਕ ਹੈ ਕਾਫੀ ਸਾਰੇ ਪੇਡ ਵੀ ਮਿਲ ਜਾਂਦੇ ਨੇ ਤੁਹਾਨੂੰ ਫ੍ਰੀ ਵੀ ਮਿਲ ਜਾਂਦੇ ਆ ਸੋ ਇਹ ਤੁਹਾਨੂੰ ਥੋੜੇ ਕੰਪਿਊਟਰ ਦੇ ਵਿੱਚ ਹੋਣਾ ਹੀ ਜਾਂਦਾ ਠੀਕ ਹੈ ਜਦੋਂ ਨੈਟ ਵਗੈਰਾ ਜਨਾਨੇ ਤੁਸੀਂ ਸਾਡੇ ਲੈਪਟਾਪ ਜਾਂ ਕੰਪਿਊਟਰ ਦੇ ਵਿੱਚ ਵਾਇਰਸ ਆਣ ਦੇ ਕਾਫੀ ਚਾਂਸਸ ਹੁੰਦੇ ਆ ਸੋ ਵਾਇਰਸ ਨਾਲ ਹੁੰਦਾ ਕੀ ਹੈ ਵਾਇਰਸ ਨਾਲ ਕੀ ਮੈਲ ਫੰਕਸ਼ਨਿੰਗ ਸਟਾਰਟ ਕਰ ਦਿੰਦਾ ਤੁਹਾਡਾ ਕੰਪਿਊਟਰ ਹੋ ਸਕਦਾ ਉਹ ਹੈਂਗ ਹੋਣਾ ਸਟਾਰਟ ਕਰ ਦੇ ਹੋ ਸਕਦਾ ਤੁਹਾਡਾ ਡਾਟਾ ਡਿਲੀਟ ਕਰ ਦੇ ਹੋ ਸਕਦਾ ਓਨਲੀ ਸ਼ਾਰਟਕੱਟਸ ਬਣਾਉਣ ਲੱਗ ਜੇ ਸੋ ਕਾਫੀ ਸਾਰੀਆਂ ਟਾਈਪਸ ਹੁੰਦੀਆਂ ਵਾਇਰਸ ਦੀਆਂ ਸੋ ਉਹ ਤੋਂ ਬਚਣ ਲਈ ਅਸੀਂ ਜਿਹੜਾ ਸੌਫਟਵੇਅਰ ਬਣਾਇਆ ਕੰਪਿਊਟਰ ਦੇ ਵਿੱਚ ਉਸ ਨੂੰ ਬੋਲਦੇ ਜੀ ਐਂਟੀਵਾਇਰਸ ਠੀਕ ਹੈ ਜੀ ਉਸ ਨੂੰ ਕੀ ਇੱਕ ਨਾਮ ਦਾ ਨੇ AVG ਐਂਟੀਵਾਇਰਸ ਠੀਕ ਹੈ ਸੋ ਇਹ ਵੀ ਕਾਫੀ ਚੱਲਦਾ ਮਾਰਕੀਟ ਦੇ ਵਿੱਚ AVG ਐਂਟੀਵਾਇਰਸ ਇੱਕ ਨੋਡ 32 ਠੀਕ ਹੈ ਇਹ ਵੀ ਸਾਰੇ ਐਂਟੀਵਾਇਰਸ ਦੇ ਨਾਮ ਨੇ ਸੋ ਕਾਫੀ ਤਰ੍ਹਾਂ ਦੇ ਤੁਹਾਨੂੰ ਮਾਰਕੀਟ ਦੇ ਵਿੱਚ ਕੀ ਐਂਟੀਵਾਇਰਸ ਮਿਲ ਜਾਂਦੇ ਨੇ ਪੇਡ ਵੀ ਮਿਲ ਜਾਂਦੇ ਫ੍ਰੀ ਆਫ ਕਾਸਟ ਵੀ ਮਿਲ ਜਾਂਦੇ ਮੈਂ ਤੇ ਆਲਮੋਸਟ ਫ੍ਰੀ ਹੀ ਯੂਜ਼ ਕਰਦਾ ਠੀਕ ਹੈ YouTube ਤੇ ਬਹੁਤ ਕੁਝ ਮਿਲ ਜਾਂਦਾ ਕਿ ਕਿਸ ਤਰ੍ਹਾਂ ਤੁਸੀਂ ਫ੍ਰੀ ਦੇ ਵਿੱਚ ਪਾ ਸਕਦੇ ਹੋ ਸੋ ਦੇ ਦੇ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈਗਾ ਜੀ ਆ ਸੌਫਟਵੇਅਰ ਇਜ਼ ਆ ਸੈਟ ਆਫ ਇਨਸਟਰਕਸ਼ਨਸ অর ਪ੍ਰੋਗਰਾਮਸ ਟੂ ਐਗਜ਼ੀਕਿਊਟ ਸਪੈਸਿਫਿਕ ਟਾਸਕ ਵਿਚ ਵਨ ਇਜ਼ ਨੋਟ ਆ ਫਾਰਮ ਆਫ ਸੌਫਟਵੇਅਰ ਠੀਕ ਹੈ ਸੌਫਟਵੇਅਰ ਕੀ ਹੁੰਦਾ ਸੌਫਟਵੇਅਰ ਹੁੰਦਾ ਸੈਟ ਆਫ ਇਨਸਟਰਕਸ਼ਨਸ ਕਈ ਸਾਰੀਆਂ ਇਨਸਟਰਕਸ਼ਨਸ ਹੁੰਦੀਆਂ 9 10 ਹੁੰਦੀਆਂ ਜਿਵੇਂ ਵੱਧ ਵੀ ਹੁੰਦੀਆਂ 100 200 ਠੀਕ ਹੈ ਸੈਟ ਆਫ ਇਨਸਟਰਕਸ਼ਨ ਹੁੰਦੀਆਂ ਨੇ ਉਹ ਸਾਰੀਆਂ ਲਿਖੀਆਂ ਹੁੰਦੀਆਂ ਨੇ ਜਿਹਨੇ ਕੰਪਿਊਟਰ ਐਗਜ਼ੀਕਿਊਟ ਕਰਦਾ ਹੈ ਉਹ ਉਹ ਜਿਹੜਾ ਸੈਟ ਆਫ ਪ੍ਰੋਗਰਾਮ ਇਨਸਟਰਕਸ਼ਨਸ ਹੁੰਦੀ ਉਹਨੂੰ ਪ੍ਰੋਗਰਾਮ ਵੀ ਕਹਿੰਦੇ ਆ ਉਹਨੂੰ ਕਹਿੰਦੇ ਆ ਅਸੀਂ ਸੌਫਟਵੇਅਰ ਹੀ ਕਹਿ ਦਿੰਦੇ ਆ ਠੀਕ ਹੈ ਸੌਫਟਵੇਅਰ ਕੀ ਹੁੰਦਾ ਇੱਕ ਸਪੈਸੀਫਿਕ ਟਾਸਕ ਕਰਨ ਲਈ ਬਣਾਇਆ ਜਾਂਦਾ ਠੀਕ ਹੈ ਜਿਵੇਂ ਤੁਸੀਂ ਪੇਂਟਿੰਗ ਕਰਨੀ ਹੈ ਕੰਪਿਊਟਰ ਦੇ ਵਿੱਚ ਤਾਂ ਐਮ ਐਸ ਪੇਂਟ ਸੌਫਟਵੇਅਰ ਬਣਾਤਾ ਅਗਰ ਤੁਸੀਂ ਲੈਟਰ ਟਾਈਪ ਕਰਨਾ ਉਹਨਾਂ ਨੇ ਸ ਅਗਰ ਕੋਈ ਸੈਲਰੀ ਵਗੈਰਾ ਦੀ ਸਟੇਟਮੈਂਟ ਆ ਤਿਆਰ ਕਰਨੀ ਹੈ ਤਾਂ MS Excel ਬਣਾਤਾ ਇਸ ਤਰ੍ਹਾਂ ਮੈਂ ਤੁਹਾਨੂੰ ਪੜ੍ਹਾ ਰਿਹਾ ਸੋ ਇਹਦੇ ਲਈ ਵੀ ਸੌਫਟਵੇਅਰ ਬਣਾਇਆ ਹੈ ਪ੍ਰੈਜੈਂਟੇਸ਼ਨ ਚੱਲ ਰਹੀ ਹੈ ਸੋ ਇਹਦੇ ਲਈ ਬਣਾਇਆ ਹੈ ਜੀ ਪਾਵਰਪੁਆਇੰਟ ਪਾਵਰਪੁਆਇੰਟ ਦੇ ਉੱਤੇ ਕੀ ਹੈ ਥੋੜੀ ਜਿਹੀ ਪ੍ਰੈਜੈਂਟੇਸ਼ਨ ਦੇ ਸਕਦੇ ਹਾਂ ਠੀਕ ਹੈ ਜੀ ਸੋ ਇਹ ਕਹ ਰਿਹਾ ਕਿ ਵਿਚ ਇਜ਼ ਨਾਟ ਆ ਸੌਫਟਵੇਅਰ ਇਹਨਾਂ ਵਿੱਚ ਸੌਫਟਵੇਅਰ ਕਿਹਣੀ ਹੈ MS Word ਇਹ ਵੀ ਸੌਫਟਵੇਅਰ ਹੈ ਲੈਟਰ ਟਾਈਪ ਕਰਦੇ ਹਾਂ ਤੇ MS Excel ਇਹ ਵੀ ਸੌਫਟਵੇਅਰ ਹੈ ਜਿਹਦੇ ਉੱਪਰ ਅਸੀਂ ਸੈਲਰੀ ਸਲਰੀ ਵਗੈਰਾ ਬਣਾ ਸਕਦੇ ਹਾਂ ਸਾਰੀਆਂ ਕੈਲਕੂਲੇਸ਼ਨਸ ਹੁੰਦੀ ਕਿ ਪਾਵਰਪੁਆਇੰਟ ਇਹ ਵੀ ਸੌਫਟਵੇਅਰ ਹੈ ਨੈਕਸਟ ਹੈਗਾ ਜੋ ਮੋਨੀਟਰ ਮੋਨੀਟਰ ਕੀ ਹੈ ਇਹ ਸੌਫਟਵੇਅਰ ਨਹੀਂ ਹੈਗਾ ਇਹ ਹੈਗਾ ਜੀ ਹਾਰਡਵੇਅਰ ਠੀਕ ਹੈ ਮੋਨੀਟਰ ਕੀ ਸਾਡਾ ਹਾਰਡਵੇਅਰ ਸੋ ਆਨਸਰ ਹੋ ਜਾ ਸਾਡਾ ਮੋਨੀਟਰ ਮੋਨੀਟਰ ਕੀ ਸੌਫਟਵੇਅਰ ਨਹੀਂ ਹੈਗਾ ਨੈਕਸਟ ਕੁਸਚਨ ਦੇਖੋ ਵਿਚ ਆਫ ਦਾ ਫੋਲੋਇੰਗ ਕਲੀਅਰਲੀ ਡਿਫਾਈਨਸ ਆ ਰਿਪਲ ਇਫੈਕਟ ਠੀਕ ਹੈ ਕਹਿੰਦੇ ਰਿਪਲ ਇਫੈਕਟ ਨੂੰ ਕੀ ਕਿਹੜੀ ਇਹਨਾਂ ਚਾਰੇ ਆਪਸ਼ਨਾਂ ਚੋਂ ਡਿਫਾਈਨ ਕਰਦੇ ਠੀਕ ਹੈ ਸੋ ਇਹੋ ਜਿਹਾ ਕੁਸਚਨ ਵੀ ਤੁਹਾਨੂੰ ਐਗਜ਼ਾਮ 'ਚ ਦੇਖਣ ਨੂੰ ਮਿਲ ਜਾਂਦੇ ਆ ਠੀਕ ਹੈ ਪਹਿਲੀ ਆਪਸ਼ਨ ਦਿੱਤੀ ਹੈ ਇਟ ਇਜ਼ ਅ ਅਬਿਲਟੀ ਆਫ ਐਪਰੋਪਰੀਟਲੀ ਟੂ ਅਬਨੋਰਮਲ ਕੰਡੀਸ਼ਨਸ ਠੀਕ ਹੈ ਪਹਿਲਾ ਕਹ ਰਿਹਾ ਕਿ ਅਬਿਲਟੀ ਆਫ ਸੌਫਟਵੇਅਰ ਸਿਸਟਮ ਹੈ ਕਿ ਅਬਨੋਰਮਲ ਕੰਡੀਸ਼ਨ ਦੇ ਵਿੱਚ ਕਿਸ ਤਰ੍ਹਾਂ ਰਿਐਕਟ ਕਰਨਾ ਹੈ ਠੀਕ ਹੈ ਦੂਜੀ ਆਪਸ਼ਨ ਕਹਿੰਦੀ ਹੈ ਇਟ ਇਜ਼ ਅ ਫੀਨੋਮੀਨਾ ਵੇਅਰ ਅ ਚੇਂਜ ਇਨ ਵਨ ਪੀਸ ਆਫ ਸੌਫਟਵੇਅਰ ਸਿਸਟਮ ਅਫੈਕਟ ਅਦਰ ਏਰੀਆ ਆਫ ਦਾ ਸੌਫਟਵੇਅਰ ਸਿਸਟਮ ਇਹ ਕਹ ਰਿਹਾ ਕਿ ਕਿਸ ਤਰ੍ਹਾਂ ਫੀਨੋਮੀਨਾ ਹੁੰਦਾ ਜਿਹਦੇ ਨਾਲ ਕਿ ਅਗਰ ਤੁਸੀਂ ਇੱਕ ਜਗ੍ਹਾ ਤੇ ਸੌਫਟਵੇਅਰ ਦੇ ਵਿੱਚ ਚੇਂਜ ਕਰਦੇ ਹੋ ਉਹਦੇ ਨਾਲ ਕਿ ਹੋਰ ਜਗ੍ਹਾ ਦੇ ਉੱਪਰ ਵੀ ਚੇਂਜ ਹੋ ਜਾਂਦਾ ਹੈ ਠੀਕ ਹੈ ਮਤਲਬ ਉਹ ਇੱਕ ਦੋ ਚੀਜ਼ਾਂ ਸਾਰੀਆਂ ਇੰਟਰਲਿਟਡ ਸੀਗੀਆਂ ਇੱਕ ਜਗ੍ਹਾ ਤੇ ਚੇਂਜ ਕੀਤਾ ਆਟੋਮੈਟਿਕਲੀ ਉਹਦਾ ਇਫੈਕਟ ਦੂਜੀਆਂ ਚੀਜ਼ਾਂ ਦੇ ਵੀ ਪੈ ਜਾਂਦਾ ਸੌਫਟਵੇਅਰ ਦੇ ਵਿੱਚ ਸੋ ਐਸੇ ਚੀਜ਼ ਨੂੰ ਬੋਲਦੇ ਆ ਜੀ ਰਿਪਲ ਇਫੈਕਟ ਠੀਕ ਹੈ ਐਸੇ ਚੀਜ਼ ਨੂੰ ਕੀ ਬੋਲਦੇ ਆ ਰਿਪਲ ਇਫੈਕਟ ਠੀਕ ਹੈ ਜੀ ਸੋ ਸਾਡਾ ਆਨਸਰ ਆ ਜਾਏਗਾ ਆਪਸ਼ਨ ਨੰਬਰ ਬੀ ਨੈਕਸਟ ਕੁਐਸਚਨ ਦੇਖੋ ਨੈਕਸਟ ਹੈ ਜੀ ਵਾਟ ਇਜ਼ ਹੈਡਲੈਸ ਸੌਫਟਵੇਅਰ ਹੈਡਲੈਸ ਸੌਫਟਵੇਅਰ ਕਿਹੜਾ ਹੁੰਦਾ ਹੈਡਲੈਸ ਸੌਫਟਵੇਅਰ ਹੁੰਦਾ ਇਟ ਇਜ਼ ਅ ਸੌਫਟਵੇਅਰ ਥੈਟ ਵਰਕਿੰਗ ਔਨ ਅ ਡਿਵਾਈਸ ਵਿਦਆਊਟ ਜੀ ਯੂ ਆਈ ਜੀ ਯੂ ਆਈ ਮੈਂ ਤੁਹਾਨੂੰ ਦੱਸਿਆ ਸੀ ਜੀ ਯੂ ਆਈ ਹੁੰਦਾ ਗ੍ਰਾਫਿਕਲ ਯੂਜ਼ਰ ਇੰਟਰਫੇਸ ਠੀਕ ਹੈ ਜਿਸ ਤਰ੍ਹਾਂ ਤੇ ਉਹ ਲੈਪਟਾਪ ਦੇ ਉੱਪਰ ਛੋਟੇ ਛੋਟੇ ਆਈਕਨ ਦੇਖਦੇ ਹੋ ਡੈਸਕਟਾਪ ਦੇ ਉੱਪਰ ਜਿਹਦੇ ਉੱਪਰ ਕਲਿੱਕ ਕਰਿਆ ਆਪਾਂ ਚਲਾ ਲਿਆ ਠੀਕ ਹੈ ਵਰਡ ਚਲਾਣਾ ਵਰਡ ਦੇ ਉੱਪਰ ਕਲਿੱਕ ਕਰ ਦਿੰਦੇ ਆ ਪੇਂਟ ਚਲਾਣਾ ਪੇਂਟ ਦੇ ਉੱਪਰ ਕਰ ਦਿੰਦੇ ਆ ਠੀਕ ਹੈ ਗਾਣੇ ਚਲਾਣੇ ਦਾ 뮤직 ਪਲੇਅਰ ਦੇ ਉੱਪਰ ਕਰ ਦਿੰਦੇ ਆ ਸੋ ਇਹ ਜਿਹੜੇ ਆਈਕਨ ਸ਼ੋ ਕਰਦੇ ਆ ਉਹਨੂੰ ਬੋਲਦੇ ਗ੍ਰਾਫਿਕਲ ਯੂਜ਼ਰ ਇੰਟਰਫੇਸ ਕਹਿੰਦਾ ਜਿਹੜਾ ਸੌਫਟਵੇਅਰ ਡਿਵਾਈਸ ਵਿਦਾਊਟ ਜੀਯੂਆਈ ਕੰਮ ਕਰਦਾ ਹੈ ਮਤਲਬ ਉਹਦੇ ਆਈਕਨ ਉਿਕ ਨਹੀਂ ਹੈਗੇ ਤੁਸਾਨੂੰ ਕਮਾਂਡ ਦੇ ਕੇ ਚਲਾਉਣਾ ਪਏਗਾ ਸੋ ਉਸ ਨੂੰ ਬੋਲਦੇ ਜੀ ਹੈਡਲੈਸ ਸੌਫਟਵੇਅਰ ਠੀਕ ਹੈ ਹੈਡਲੈਸ ਸੌਫਟਵੇਅਰ ਜਿਹੜੇ ਸੌਫਟਵੇਅਰ ਦੇ ਵਿੱਚ ਕੀ ਹੈ ਜੀਯੂਆਈ ਨਹੀਂ ਚੱਲਦੀ ਉਹਨੂੰ ਬੋਲਦੇ ਹੈਡਲੈਸ ਸੌਫਟਵੇਅਰ ਨੈਕਸਟ ਦੇਖੋ ਜੀ ਵਾਟ ਡਸ ਦ ਟਰਮ SQL ਸਟੈਂਡਸ ਫੋਰ SQL ਦੀ ਫੁੱਲ ਫਾਰਮ ਕੀ ਹੁੰਦੀ ਹੈ ਸਕੁਆਲ ਦੀ ਫੁੱਲ ਫਾਰਮ ਹੁੰਦੀ ਹੈ ਸੌਫਟਵੇਅਰ ਕੁਆਲਿਟੀ ਅਸੈਸਮੈਂਟ ਬੇਸਡ ਔਨ ਲਾਈਫ ਸਾਈਕਲ ਐਕਸਪੈਕਟੇਸ਼ਨਸ ਠੀਕ ਹੈ ਸੋ ਐਸ ਕੁਐਸਚਨ ਚ ਮਨ ਜੇਗਾ ਸਾਡਾ ਬੀ ਆਨਸਰ ਸੌਫਟਵੇਅਰ ਕੁਆਲਿਟੀ ਅਸੈਸਮੈਂਟ ਬੇਸਡ ਔਨ ਲਾਈਫ ਲਾਈਫ ਸਾਈਕਲ ਐਕਸਪੈਕਟੇਸ਼ਨ ਇਹ ਜਿਹੜਾ ਇੱਥੇ ਜਿਹੜੀ ਟਰਮ ਯੂਜ਼ ਕੀਤੀ ਗਈ ਹੈ ਸੋ ਜਿਹੜੇ ਬੰਦੇ ਸੌਫਟਵੇਅਰ ਬਣਾਉਂਦੇ ਆ ਜਿਹੜੀ ਕੋਈ ਟੀਮ ਸੌਫਟਵੇਅਰ ਤਿਆਰ ਕਰਦੀ ਹੈ ਸੋ ਇਹ ਉਹ ਵਾਲੇ ਬੰਦੇ ਯੂਜ਼ ਕਰਦੇ ਨੇ ਟਰਮਸ sqwl sqwl ਦਾ ਮਤਲਬ ਹੈ ਸੌਫਟਵੇਅਰ ਕੁਆਲਿਟੀ ਸੋ ਟੂ ਦੀ ਕੁਆਲਿਟੀ ਚੈੱਕ ਕਰਦੇ ਨੇ ਅਸੈਸਮੈਂਟ ਕਰਦੇ ਨੇ ਉਹਦੀ ਕਿ ਕਿਸ ਤਰ੍ਹਾਂ ਕੰਮ ਕਰ ਰਿਹਾ ਠੀਕ ਹੈ ਬੇਸਡ ਔਨ ਲਾਈਫ ਸਾਈਕਲ ਐਕਸਪੈਕਟੇਸ਼ਨ ਠੀਕ ਹੈ ਮਤਲਬ ਇਹ ਸਾਈਕਲ ਚੱਲਦਾ ਹੀ ਰਹਿੰਦਾ ਵਾਰੀ ਵਾਰੀ ਸੌਫਟਵੇਅਰ ਜਦੋਂ ਬਣਾਉਂਦੇ ਨੇ ਨਾ ਦੇਖਦੇ ਕਿ ਐਕਸਪੈਕਟੇਸ਼ਨ ਮੀਟ ਕਰ ਰਿਹਾ ਕਿ ਨਹੀਂ ਇਹ ਵੀ ਜਿਹਦੇ ਵਾਸਤੇ ਬਣਾ ਰਹੇ ਆ ਕਿ ਉਹ ਕੰਮ ਕਰ ਰਿਹਾ ਕਿ ਨਹੀਂ ਇਹ ਉਹਦੀ ਕੁਆਲਿਟੀ ਚੈੱਕ ਕਰਦੇ ਆ ਠੀਕ ਹੈ ਸੋ ਉਹਦੇ ਵਿੱਚ ਇਹ ਟਰਮ ਯੂਜ਼ ਹੁੰਦੀ ਹੈ ਫੁੱਲ ਫਾਰਮ ਜਰੂਰ ਯਾਦ ਰੱਖਣੀ ਹੈ ਸੌਫਟਵੇਅਰ ਕੁਆਲਿਟੀ ਅਸੈਸਮੈਂਟ ਬੇਸ नैक्सट देखो जी नैक्सट जी फुलफॉर्म हैगी पीगी पी ई जी आई पीगी ए फुलफॉर्म की होंगी फॉर्म होती है पैन यूरोपीयन गेम इन्फॉर्मेसन ठीक है पैन यूरोपीयन गेम इन्फॉर्मेसन य हैगीट इज़ अ रेटिंग सिस्टम इट इज़ अ रेटिंग सिस्टम बेस्ड ऑन एगजिस्टिंग सिस्टम इन यूरोप दैट इज़ यूज ऑन कंप्यूटर एंड वीडियो गेम्स एंड अदर कंप्यूटर सॉफ्टवेयर ठीक है रेटिंग सिस्टम है ਜਿਹੜਾ ਕਿ ਯੂਰਪ ਦੇ ਵਿੱਚ ਯੂਜ਼ ਹੁੰਦਾ ਹੈ ਉਹਦੇ ਉੱਪਰ ਕੀ ਜਿਹੜਾ ਕੰਪਿਊਟਰ ਲਈ ਗੇਮ ਆ ਜਾਂ ਵੀਡੀਓ ਗੇਮ ਆ ਜਾਂ ਕੰਪਿਊਟਰ ਸੌਫਟਵੇਅਰ ਨੂੰ ਰੇਟਿੰਗ ਪ੍ਰੋਵਾਈਡ ਕਰਦਾ ਹੈ ਠੀਕ ਹੈ ਪਿਗੀ ਪਿਗੀ ਦੀ ਫੁੱਲ ਫਾਰਮ ਹੈਗੀ ਹੈ ਪੈਨ ਯੂਰੋਪੀਅਨ ਗੇਮ ਇਨਫੋਰਮੇਸ਼ਨ ਮੀਨ ਜੇ ਰੇਟਿੰਗ ਦੇਗਾ ਕਿ ਥੋੜਾ ਸੌਫਟਵੇਅਰ ਕਿੰਨਾ ਕੁ ਵਧੀਆ ਠੀਕ ਹੈ ਜਦ ਕੋਈ ਗੇਮ ਹੈ ਵੀਡੀਓ ਗੇਮ ਆ ਜਾਂ ਕੰਪਿਊਟਰ ਗੇਮ ਹੈ ਉਹਨਾਂ ਨੂੰ ਰੇਟਿੰਗ ਦਿੰਦਾ ਹੈ ਯੂਰਪ ਦੇ ਵਿੱਚ ਯੂਜ਼ ਹੁੰਦਾ ਨੈਕਸਟ ਹੈਗਾ ਜੀ ਕੁਐਸਚਨ ਹੂ ਅਮੰਗ ਦਾ ਫੋਲੋਇੰਗ ਡਿਵੈਲਪਡ ਦਾ ਲਿਸਪ ਪ੍ਰੋਗਰਾਮਿੰਗ ਲੈਂਗੁਏ ਇਹ ਬਣਾਈ ਹੈ ਜੌਨ ਮੈਕਲੈਰਥੀ ਠੀਕ ਠੀਕ ਹੈ ਜੀ ਜੌਨ ਮੈਕਲੈਰਥੀ ਨੇ ਬਣਾਈ ਹੈ ਇਹ ਲਿਸਪ ਪ੍ਰੋਗਰਾਮਿੰਗ ਲੈਂਗੁਏਜ ਸੋ ਜੌਨ ਮੈਕ ਸੋ ਜੌਨ ਮੈਕ ਕੈਰਥੀ ਬਾਰੇ ਹੋਰ ਤੁਹਾਨੂੰ ਦੱਸ ਦੇਣਾ ਇਹ ਕੋਣਾ ਅਮਰੀਕਾ ਦਾ ਕੰਪਿਊਟਰ ਸਾਇੰਟਿਸਟ ਸੀਗਾ ਐਨੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਬਣਾਇਆ ਠੀਕ ਹੈ ਇਹਦਾ ਫਾਊਂਡਰ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜੌਨ ਮੈਕ ਮੈਕ ਕੈਰਥੀ ਠੀਕ ਹੈ ਸੋ ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਹੁੰਦੀ ਹੈ ਕਿ ਹਿਊਮਨ ਦੀ ਤਰ੍ਹਾਂ ਰੋਬਟ ਵੀ ਸੋਚਣ ਲੱਗ ਜਾਣ ਠੀਕ ਹੈ ਕਿ ਉਹਨਾਂ ਦੇ ਵਿੱਚ ਕੀ ਇਹ ਸਾਡੇ ਸਾਇੰਟਿਸਟ ਲੱਗੇ ਹੋਏ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਤਿਆਰ ਕਰਨ ਲੱਗੇ ਕਿ ਰੋਬਟ ਵੀ ਆ ਬੰਦਿਆਂ ਦੀ ਤਰ੍ਹਾਂ ਸੋਚਣ ਲੱਗ ਜਾਣ ਠੀਕ ਹੈ ਉਹਦੇ ਵਿੱਚ ਕੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਹੋਵੇ ਠੀਕ ਹੈ ਨਕਲੀ ਇੰਟੈਲੀਜੈਂਸ ਠੀਕ ਹੈ ਪਰ ਹਜੇ ਤੱਕ ਉਹਨਾਂ ਤੋਂ ਬਣਿਆ ਨਹੀਂ ਹੈਗਾ ਪਰ ਕੋਸ਼ਿਸ਼ ਕਰ ਰਹੇ ਨੇ ਸਾਡੇ ਸਾਇੰਟਿਸਟ ਲੱਗੇ ਹੋਏ ਹੈਗੇ ਹੀ ਸਾਲਾਂ ਦੇ ਠੀਕ ਹੈ ਸੋ ਜਿਹੜੀ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕਨਸੈਪਟ ਲੈ ਕੇ ਉਹਦੇ ਫਾਊਂਡਰ ਨੇ ਇਹ ਜੌਨ ਮੈਕਲੈਰਥੀ ਇਹਨਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਆਲਸੋ ਡਿਵੈਲਪ ਦਾ ਲਿਸਪ ਪ੍ਰੋਗਰਾਮਿੰਗ ਲਿਸਪ ਜਿਹੜੀ ਪ੍ਰੋਗਰਾਮਿੰਗ ਆ ਉਹਦੀ ਫੁੱਲ ਫਾਰਮ ਹੁੰਦੀ ਹੈ ਲਿਸਟ ਪ੍ਰੋਸੈਸਿੰਗ ਲਿਸਟ ਪ੍ਰੋਸੈਸਿੰਗ ਠੀਕ ਹੈ ਜੀ ਸੋ ਲਿਸਪ ਦੀ ਫੁੱਲ ਫਾਰਮ ਇਹ ਯਾਦ ਰੱਖਣੀ ਹੈ ਲਿਸਪ ਦੀ ਫੁੱਲ ਫਾਰਮ ਹੁੰਦੀ ਹੈ ਲਿਸਟ ਪ੍ਰੋਸੈਸਿੰਗ ਬਣਾਈ ਕਿਨੇ ਸੀ ਜੌਨ ਮੈਕਕਾਰਥੀ ਨੇ ਅਮਰੀਕਾ ਦੇ ਸੀਗੇ ਜਿਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਬਣਾਈ ਹੈ ਸੋ ਇਹ ਰੋਬਟ ਵਗੈਰਾ ਦੇ ਵਿੱਚ ਹੀ ਯੂਜ਼ ਹੁੰਦੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਠੀਕ ਹੈ ਇਹ ਕਾਰਨ ਹੈ ਕਿ ਰੋਬਟ ਆਉਣ ਵਾਲੇ ਟਾਈਮ ਦੇ ਵਿੱਚ ਕੀ ਹਿਊਮ ਠੀਕ ਹੈ ਜਿਹੜੇ ਰੋਬਟ ਹੁੰਦੇ ਉਹਦੇ ਵਿੱਚ ਪ੍ਰੋਗਰਾਮਿੰਗ ਕੀਤੀ ਹੁੰਦੀ ਹੈ ਉਹਦੇ ਵਿੱਚ ਕੀ ਹੈ ਉਹਨੂੰ ਕੀ ਦਿੱਤਾ ਹੁੰਦਾ ਹੈ ਕਿ ਤੁਸੀਂ ਇਨਸਟਰਕਸ਼ਨਸ ਦਿੱਤੀਆਂ ਹੁੰਦੀਆਂ ਨੇ ਠੀਕ ਹੈ ਜਿਸ ਤਰ੍ਹਾਂ ਕੋਈ ਰੋਬਟ ਆ ਉਹਦੇ ਵਿੱਚ ਤੁਸੀਂ ਪ੍ਰੋਗਰਾਮਿੰਗ ਕਰ ਦੋ ਠੀਕ ਹੈ ਤੁਸੀਂ ਕਹਿੰਦਾ ਕਿ ਚਾਹ ਬਣਾਣੀ ਹੈ ਤਾਂ ਉਹਦੇ ਵਿੱਚ ਕੀ ਹੈ ਚਾਹ ਬਣਾ ਕੇ ਲੈ ਕੇ ਆਣੇ ਕਿਚਨ ਦੇ ਵਿੱਚ ਤਾਂ ਉਹਨੂੰ ਪੂਰੀ ਇਨਸਟਰਕਸ਼ਨਾਂ ਦਿੱਤੀਆਂ ਹੁੰਦੀਆਂ ਨੇ ਕਿ ਕਿਚਨ ਕਿਹੜੀ ਸਾਈਡ ਦੇ ਉੱਪਰ ਲੈਫਟ ਜਾਣਾ ਰਾਈਟ ਜਾਣਾ ਇੱਧਰ ਜਾਣਾ ਮੂਵ ਕਰਨਾ ਸਟੋਵ ਨੂੰ ਆਨ ਕਰਨਾ ਠੀਕ ਹੈ ਸੋ ਸਾਰੀਆਂ ਇਨਸਟਰਕਸ਼ਨਸ ਪਹਿਲਾਂ ਫੀਡ ਕੀਤੀਆਂ ਹੁੰਦੀਆਂ ਨੇ ਅਗਰ ਚਾਹ ਲਈ ਕਰਦੇ ਤਾਂ ਚਾਹ ਹੀ ਬਣਾਏਗਾ ਕੱਲ ਨੂੰ ਉਹਨੂੰ ਜਦੋਂ ਤੱਕ ਰੋ ਦੇ ਵਿੱਚ ਉਹਦੇ ਵਿੱਚ ਕੀ ਹੈ ਇਨਸਟਰਕਸ਼ਨਸ ਫੀਡ ਨਹੀਂ ਕੀਤੀ ਜਾਂਦੀਆਂ ਠੀਕ ਹੈ ਹੁਣ ਕੋ ਰੋਬਟ ਹੈ ਅਗਰ ਕੋਈ ਗੱਡੀ ਦੇ ਉੱਪਰ ਪੇਂਟ ਕਰਨ ਵਾਸਤੇ ਲਾਤਾ ਮਤਲਬ ਪੇਂਟ ਕਰਨਾ ਰੋਬਟ ਨੇ ਉਹਦੇ ਵਿੱਚ ਇਨਸਟਰਕਸ਼ਨ ਆ ਫੀਡ ਕਰਦੇ ਉਹ ਪੇਂਟ ਹੀ ਕਰੇਗਾ ਠੀਕ ਹੈ ਉਸ ਤੋਂ ਇਲਾਵਾ ਇੱਕ ਕੰਮ ਵੀ ਨਹੀਂ ਕਰੇਗਾ ਠੀਕ ਹੈ ਹੁਣ ਕਹਦਾ ਕਿ ਯਾਰ ਆ ਥੱਲੇ ਟਾਇਰ ਖੁੱਲੇ ਪਿਆ ਟਾਇਰ ਦੇ ਨਾਟਕਾਸ ਤੇ ਉਹ ਨਹੀਂ ਘਸੇਗਾ ਠੀਕ ਹੈ ਜਿੰਨਾ ਤੱਕ ਉਹਦੀ ਪ੍ਰੋਗਰਾਮਿੰਗ ਨਹੀਂ ਕੀਤੀ ਜਾਂਦੀ ਠੀਕ ਹੈ ਸੋ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਦੇ ਵਿੱਚ ਬਿਲਕੁਲ ਵੀ ਨਹੀਂ ਹੁੰਦੀ ਠੀਕ ਹੈ ਕੋਈ ਜਾ ਰਿਹਾ ਰੋਬਟ ਜਾ ਕੋਈ ਬੰਦਾ ਜਾ ਰਿਹਾ ਨੀਚੇ ਖਾਈ ਆ ਗਈ ਬੰਦਾ ਇਹਦੇ ਵਿੱਚ ਇੰਟੈਲੀਜੈਂਸ ਹੈਗੀ ਉਹ ਰੁਕ ਜੂਗਾ ਯਾਰ ਨੀਚੇ ਖਾਈ ਆ ਪਟ ਡਿੱਗ ਜਾਗੇ ਰੋਬੋਟ ਦੇ ਵਿੱਚ ਕੋਈ ਇੰਟੈਲੀਜੈਂਸ ਨਹੀਂ ਹੈਗੀ ਅਗਰ ਉਹਦੇ ਸੈਂਸਰ ਕੰਮ ਕਰਦੇ ਪਏ ਨੇ ਕਿ ਨੀਚੇ ਖਾਈ ਹੈ ਤਾਂ ਰੁਕ ਜੇਗਾ ਅਦਰਵਾਈਜ਼ ਉਹਨੇ ਕਿ ਅੱਗੇ ਖਾਈ ਦੇ ਵਿੱਚ ਵੀ ਡਿੱਗ ਜਾਣਾ ਠੀਕ ਹੈ ਸੋ ਐਸਜੀ ਨੂੰ ਕਹਿੰਦਾ ਕਿ ਬੰਦਿਆਂ ਵਾਂਗੂ ਸੋਚ ਨਹੀਂ ਸਕਦਾ ਠੀਕ ਹੈ ਬਹੁਤ ਹੀ ਜ਼ਿਆਦਾ ਇਹ ਇੰਟਰਸਟਿੰਗ ਸਬਜੈਕਟ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਪੂਰਾ ਇੱਕ ਸਬਜੈਕਟ ਹੈ ਕੰਪਿਊਟਰ ਸਾਇੰਸ ਦਾ ਠੀਕ ਹੈ ਪੂਰੀ ਮੋਟੀ ਕਿਤਾਬ ਹੈ ਜੇ ਪੜ੍ਹਨੀ ਹੋਈ ਸੋ ਦੇ ਇਨ ਦਾ ਨ ਨੈਕਸਟ ਕੁਐਸਚਨ ਹੈ ਜੀ ਵਿਚ ਆਫ ਦਾ ਫੋਲੋਇੰਗ ਲੈਂਗੁਏਜ ਵਾਸ ਫਰਸਟ ਕਨਸੀਵਡ ਬਾਈ ਐਲੀਨ ਕਾਲ ਮਿਰਰ ਠੀਕ ਹੈ ਜੀ ਐਲੀਨ ਕਾਲ ਮਿਰਰ ਨੇ ਕਿਹੜੀ ਲੈਂਗੁਏਜ ਬਣਾਈ ਹੈ ਉਹਨੇ ਬਣਾਈ ਹੈ ਜੀ ਪ੍ਰੋਲੋਗ ਠੀਕ ਹੈ ਪ੍ਰੋਲੋਗ ਲੈਂਗੁਏਜ ਦਾ ਨਾਮ ਹੈ ਇਹ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਯੂਜ਼ ਹੁੰਦੀ ਹੈ ਠੀਕ ਹੈ ਜੀ ਸੋ ਪ੍ਰੋਲੋਗ ਲੈਂਗੁਏਜ ਕਿੰਨਾਂ ਨੇ ਬਣਾਈ ਹੈ ਜੀ ਆ ਨਾਮ ਦਿੱਤਾ ਹੈ ਸਕਰੀਨ ਦੇ ਉੱਪਰ ਐਲੀਨ ਕਾਲ ਮਿਰਰਰ ਠੀਕ ਹੈ ਜੀ ਦੇਖੋ ਜੀ ਪ੍ਰੋਨਨਸੀਏਸ਼ਨ ਸ਼ਾਇਦ ਗਲਤ ਹੋਵੇ ਯਾਦ ਕਰ ਲਓ ਠੀਕ ਹੈ ਪ੍ਰੋਲੋਗ ਕਿੰਨੇ ਬਣਾਈ ਹੈ ਆ ਸਕਰੀਨ ਤੇ ਨਾਮ ਦਿੱਤਾ ਜ ਸੋ ਪ੍ਰਲੋਗ ਬਾਰੇ ਦੱਸ ਦੇਣਾ ਤੁਹਾਨੂੰ ਮੈਂ ਪ੍ਰਲੋਗ ਕੀ ਹੈ ਇਟ ਇਜ਼ ਲਾਰਜਲੀ ਯੂਜ਼ਡ ਫੋਰ ਲੌਜੀਕ ਪ੍ਰੋਗਰਾਮਿੰਗ ਠੀਕ ਹੈ ਲੌਜੀਕ ਪ੍ਰੋਗਰਾਮਿੰਗ ਲਈ ਇਸ ਯੂਜ਼ ਕਰਦੇ ਆ ਇਹ ਜਿਹੜੀ ਪ੍ਰਲੋਗ ਲੈਂਗੁਏਜ ਹੈ ਇਹ ਉਹ ਐਪਲੀਕੇਸ਼ਨ ਦੇ ਵਿੱਚ ਵੀ ਯੂਜ਼ ਹੁੰਦੀ ਹੈ ਜਿੱਥੇ ਕਿ ਨੇਚਰਲ ਲੈਂਗੁਏਜ ਅੰਡਰਸਟੈਂਡਿੰਗ ਕਰਨੀ ਹੁੰਦੀ ਹੈ ਠੀਕ ਹੈ ਜੀ ਦੇਖੋ ਇਹ ਰੋਬਟ ਹੈ ਹੁਣ ਰੋਬਟ ਨੇ ਕੀ ਹੈ ਆਪਾਂ ਨੂੰ ਕਮਾਂਡ ਹੀ ਦੇਵਾਂਗੇ ਜਾ ਜਾ ਕੇ ਚਾਹ ਬਣਾ ਲੈ ਠੀਕ ਹੈ ਰੋਬਟ ਨੂੰ ਕਹਾਂਗੇ ਉਹ ਸਾਡੀ ਨੇਚਰਲ ਲੈਂਗੁਏਜ ਨੂੰ ਅੰਡਰਸਟੈਂਡਿੰਗ ਕਿਵੇਂ ਕਰੇਗਾ ਠੀਕ ਹੈ ਉਹਦੇ ਵਿੱਚ ਪ੍ਰੋਗਰਾਮਿੰਗ ਕੀਤੀ ਹੋਏਗੀ ਕਿਹੜੀ ਪ੍ਰੋਗਰਾਮਿੰਗ ਕੀਤੀ ਹੋਗੀ ਪ੍ਰੋਲੋਗ ਠੀਕ ਹੈ ਪ੍ਰੋਗਰਾਮਿੰਗ ਲੈਂਗੁਏਜ ਦਾ ਨਾ ਕਿ ਪ੍ਰੋਲੋਗ ਜਿਹਦੇ ਨਾਲ ਉਹਦੇ ਵਿੱਚ ਕੀ ਸੀ ਨੇਚਰਲ ਲੈਂਗੁਏਜ ਅੰਡਰਸਟੈਂਡਿੰਗ ਵੀ ਫੀਡ ਕਰ ਸਕਦੇ ਆ ਠੀਕ ਹੈ ਜੀ ਸੋ ਦੇਖਦੇ ਆ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈਗਾ ਜੀ ਵਿਚ ਆਫ ਦਾ ਫੋਲੋਇੰਗ ਲੈਂਗੁਏਜ ਇਜ਼ ਵਾਈਡਲੀ ਨੋਨ ਫੋਰ ਦਾ ਯੂਜ਼ ਆਫ ਟਰਟਲ ਗ੍ਰਾਫਿਕਸ ਠੀਕ ਹੈ ਕਿਹੜੀ ਲੈਂਗੁਏਜ ਯੂਜ਼ ਹੁੰਦੀ ਹੈ ਜਿਹਦੇ ਵਿੱਚ ਅਸੀਂ ਟਰਟਲ ਗ੍ਰਾਫਿਕਸ ਯੂਜ਼ ਕਰਦੇ ਆ ਸੋ ਇਹ ਲੈਂਗੁਏਜ ਹੈਗੀ ਜੀ ਲੋਗੋ ਠੀਕ ਹੈ ਸੋ ਜਿਹੜੇ ਸਟੂਡੈਂਟਸ ਸੀਬੀਐਸਸੀ ਸੀਬੀਐਸਸੀ ਨਾਲ ਰਿਲੇਟਡ ਹੈ ਸੀਬੀਐਸਸੀ ਪਾਟਰਨ ਪੜ੍ਹਦੇ ਆਂ ਅਗਰ ਉਹਨਾਂ ਨੇ ਕੰਪਿਊਟਰ ਪੜ੍ਹਿਆ ਹੋਇਆ 6ਵੀਂ ਤੋਂ ਲੈ ਕੇ 10ਵੀਂ ਤੱਕ ਤਾਂ ਉਹਨਾਂ ਨੇ ਇਹ ਕਿਤਾਬ ਜ਼ਰੂਰ ਪੜ੍ਹੀ ਹੋਏਗੀ ਲੋਗੋ ਵਾਲੀ ਠੀਕ ਹੈ ਜੀ ਸੋ ਲੋਗੋ ਇੱਕ ਲੈਂਗੁਏਜ ਹੁੰਦੀ ਹੈ ਠੀਕ ਹੈ ਉਹਦੇ ਵਿੱਚ ਹੁੰਦਾ ਹੈ ਟਰਟਲ ਗ੍ਰਾਫਿਕਸ ਲੋਗੋ ਕੀ ਹੈ ਪ੍ਰੋਗਰਾਮਿੰਗ ਲੈਂਗੁਏਜ ਹੈ ਐਜੂਕੇਸ਼ਨ ਪ੍ਰੋਗਰਾਮਿੰਗ ਲੈਂਗੁਏਜ ਉਸ ਦੇ ਵਿੱਚ ਕੀ ਹੈ ਇੱਕ ਟਰਟਲ ਹੁੰਦਾ ਟਰਟਲ ਮੂਵ ਕਰਦਾ ਹੈ ਮੂਵਮੈਂਟਸ ਕਰਦਾ ਲੈਫਟ ਰਾਈਟ ਅਪ ਐਂਡ ਡਾਊਨ ਠੀਕ ਹੈ ਕੋਈ ਲਾਈਨ ਵਗੈਰਾ ਡਰਾ ਕਰਨੀ ਹੈ ਤਾਂ ਇੱਕ ਟਰਟਲ ਕਮਾਂਡ ਹੁੰਦੀ ਹੈ ਠੀਕ ਹੈ ਸੋ ਜਿਹੜਾ ਕਿ ਮੂਵ ਕਰਕੇ ਲਾਈਨਸ ਵਗੈਰਾ ਡਰਾ ਕਰਦਾ ਹੈ ਠੀਕ ਹੈ ਜੀ ਸੋ ਇਹ ਕਿਹੜੀ ਲੈਂਗੁਏਜ ਦੇ ਵਿੱਚ ਯੂਜ਼ ਹੁੰਦਾ ਲੋਗੋ ਦੇ ਵਿੱਚ ਠੀਕ ਹੈ ਲੋਗੋ ਕੀ ਇੱਕ ਪ੍ਰੋਗਰਾਮਿੰਗ ਲੈਂਗੁਏਜ ਹੈ ਉਹ ਲੋਗੋ ਲੈਂਗੁਏਜ ਹੀ ਨੇ ਬਣਾਈ ਸੀ ਉਸ ਦਾ ਨਾਮ ਦਿੱਤਾ ਹੈ ਜੀ ਇੱਥੇ ਫਿਊਰਿਸ ਠੀਕ ਹੈ ਫਿਊਰਿਸ ਠੀਕ ਹੈ ਇਹ ਹੈਗਾ ਉਹ ਬੰਦੇ ਦਾ ਨਾਮ ਠੀਕ ਹੈ ਸੋ ਕਾਫੀ ਡਿਫਿਕਲਟ ਜੇ ਨਾਮ ਨੇ ਯਾਦ ਰੱਖ ਲਿਓ ਠੀਕ ਹੈ ਜੀ ਸੋ ਦੇ ਨੈਕਸਟ ਕੁਐਸਚਨ ਨੈਕ who among the following is known as father of dbms dbms ਦਾ ਮਤਲਬ ਹੁੰਦਾ ਹੈ ਡਾਟਾਬੇਸ ਮੈਨੇਜਮੈਂਟ ਸੌਫਟਵੇਅਰ ਠੀਕ ਹੈ db ਦਾ ਇਕੱਲੇ ਦਾ ਮਤਲਬ ਹੁੰਦਾ ਡਾਟਾਬੇਸ ms ਦਾ ਮਤਲਬ ਮੈਨੇਜਮੈਂਟ ਸੌਫਟਵੇਅਰ ਠੀਕ ਹੈ ਸੋ ਦੇ ਫਾਦਰ ਕੌਣ ਨੇ ਉਹਦੇ ਫਾਦਰ ਹੈਗੇ ef code ef code ਤੁਹਾਨੂੰ ਮੈਂ ਪਹਿਲਾਂ ਵੀ ਕਰਾਇਆ ਸੀ ਡਾਟਾਬੇਸ ਕੀ ਹੁੰਦਾ ਅੱਜ ਵੀ ਤੁਹਾਨੂੰ ਦੱਸ ਦੇਣਾ ਡਾਟਾਬੇਸ ਹੁੰਦਾ ਕੀ ਹੈ ਡਾਟਾਬੇਸ ਕੀ ਨਾਮ ਦੇਖੋ ਡਾਟਾਬੇਸ ਦੇ ਕੀ ਇੱਕ ਇੱਕ ਤਰ੍ਹਾਂ ਦਾ ਟੇਬਲ ਦੇ ਵਿੱਚ ਤੁਸੀਂ ਕੋਈ ਡਾਟਾ ਨੂੰ ਰਿਕਾਰਡ ਕਰਦੇ ਹੋ ਠੀਕ ਹੈ ਜਿਸ ਤਰ੍ਹਾਂ ਉਹਦਾ ਪਹਿਲਾ ਕਾਲਮ ਹੋ ਗਿਆ ਸੀਰੀਅਲ ਨੰਬਰ ਸੈਕੰਡ ਕਾਲਮ ਹੋ ਗਿਆ ਫਰਸਟ ਨੇਮ ਲਾਸਟ ਨੇਮ ਫਾਦਰ ਨੇਮ ਠੀਕ ਹੈ ਉਹਦੀ ਕੁਆਲਿਫਿਕੇਸ਼ਨ ਉਹਦਾ ਮੋਬਾਈਲ ਨੰਬਰ ਠੀਕ ਹੈ ਉਹਦੇ ਮਾਰਕਸ ਠੀਕ ਹੈ ਇਸ ਤਰ੍ਹਾਂ ਇੱਕ ਟੇਬਲ ਫਾਰਮ ਦੇ ਵਿੱਚ ਮੰਨ ਲਓ 100 ਬੱਚਿਆਂ ਦਾ ਤੁਸੀਂ ਡਾਟਾ ਸੇਵ ਕਰ ਲਿਆ ਕੰਪਿਊਟਰ ਦੇ ਵਿੱਚ ਜਿਹੜਾ ਸੌਫਟਵੇਅਰ ਉਹਨੂੰ ਸੇਵ ਕਰਦਾ ਸਟੋਰ ਕਰਕੇ ਰੱਖਦਾ ਉਸ ਨੂੰ ਬੋਲਦੇ ਡੀਬੀਐਮਐਸ ਠੀਕ ਹੈ ਉਹਨੂੰ ਮੈਨੇਜ ਕਰਕੇ ਰੱਖਦਾ ਉਹਦੇ ਵਿੱਚ ਕਾਫੀ ਸਾਰੇ ਕਮਾਂਡ ਲਾ ਸਕਦੇ ਹੋ ਤੁਸੀਂ ਮੰਨ ਲਓ ਹੁਣ ਉਹਦੇ ਵਿੱਚ ਕੀ ਹੈ 1 ਲੱਖ ਬੱਚਿਆਂ ਦਾ ਡਾਟਾ ਸੇਵ ਕਰ ਲਿਆ ਤੁਸੀਂ ਉਹਦੇ ਵਿੱਚ ਫਾਈਂਡ ਆਊਟ ਕਰਨਾ ਹੈ ਕਿ ਸਭ ਦੇ ਮੈਕਸਿਮਮ ਮਾਰਕਸ ਕਿਹਦੇ ਨੇ ਮੈਕਸਿਮਮ ਮਾਰਕਸ ਕਿਹੜੇ ਬੱਚੇ ਦੇ ਨੇ ਮੰਨ ਲਓ ਟੋਪ 100 ਬੱਚੇ ਚੱਕਣੇ ਨੇ ਤਾਂ ਡੀਬੀਐਮਐਸ ਦੇ ਵਿੱਚ ਤੁਸੀਂ ਈਜ਼ੀਲੀ ਫਾਈਂਡ ਆਊਟ ਕਰ ਸਕਦੇ ਹੋ ਜਸਟ ਕੋਲੇ ਕਮਾਂਡਾਂ ਦੇਣੀਆਂ ਦੋ ਚਾਰ ਉਹਦੇ ਨਾਲ ਕਿ ਪਹਿਲੇ 100 ਬੱਚਿਆਂ ਦੀ ਲਿਸਟ ਆ ਜੇ ਕਿ ਹਾਂ ਵੀ ਇਹਨਾਂ ਨੇ ਹਾਈਐਸਟ ਮਾਰਕਸ ਲਏ ਨੇ ਠੀਕ ਹੈ ਜਿਸ ਤਰ੍ਹਾਂ ਹੁਣ ਸਾਰੇ ਬੱਚਿਆਂ ਨੇ ਪਟਵਾਰੀ ਦੇ ਫਾਰਮ ਫਿਲ ਕੀਤੇ ਨੇ ਮੈਨੇਜਮੈਂਟ ਸੌਫਟਵੇਅਰ ਲੱਗਾ ਹੋਇਆ ਤੁਸੀਂ ਜਦੋਂ ਸਾਰਾ ਫਾਰਮ ਫਿਲ ਕਰਕੇ ਜੋ ਸਬਮਿਟ ਦੇ ਉੱਪਰ ਕਲਿੱਕ ਕਰਦੇ ਨਾ ਤੁਹਾਡਾ ਸਾਰਾ ਜਿਹੜਾ ਡਾਟਾ ਉਹਨਾਂ ਦੇ ਡਾਟਾਬੇਸ ਦੇ ਵਿੱਚ ਜਾ ਕੇ ਸੇਵ ਹੋ ਜਾਂਦਾ ਠੀਕ ਹੈ ਉਹਨਾਂ ਦਾ ਡਾਟਾਬੇਸ ਮੈਨੇਜਮੈਂਟ ਸੌਫਟਵੇਅਰ ਦੇ ਵਿੱਚ ਜਾ ਕੇ ਗਿਆ ਉੱਥੇ ਸੇਵ ਹੋ ਜਾਂਦਾ ਉਸ ਤੋਂ ਬਾਅਦ ਐਡਿਟ ਨਹੀਂ ਹੁੰਦਾ ਠੀਕ ਹੈ ਵੈਸੇ ਤਾਂ ਹੋ ਜਾਂਦਾ ਹੁੰਦਾ ਪਰ ਇੱਥੇ ਇਹਨਾਂ ਨੇ ਆਪਸ਼ਨ ਐਕ ਕਿ ਨਹੀਂ ਦਿੱਤੀ ਹੈਗੀ ਲਿਖਿਆ ਉਹਨਾਂ ਨੇ ਕਿ ਯਾਰ ਇੱਕ ਵਾਰੀ ਸਬਮਿਟ ਕਰਤਾ ਉਸ ਤੋਂ ਬਾਅਦ ਐਡਿਟ ਨਹੀਂ ਹੁੰਦਾ ਠੀਕ ਹੈ ਹੁਣ ਉਹਨਾਂ ਦਾ ਸੌਫਟਵੇਅਰ ਪਤਾ ਨਹੀਂ ਵਧੀਆ ਹੈ ਕਿ ਨਹੀਂ ਵਧੀਆ ਕਈ ਬੱਚਿਆਂ ਨੂੰ ਕਾ ਸੋ ਜੇਕਰ ਉਹਨਾਂ ਦਾ ਸੌਫਟਵੇਅਰ ਵਧੀਆ ਹੋਏਗਾ ਤਾਂ ਕਿਵੇਂ ਮਰਜ਼ੀ ਉਹਨੂੰ ਚਲਾਈ ਚੱਲੋ ਐਡਿਟ ਕਰੀ ਚੱਲੋ ਠੀਕ ਹੈ ਕਿੰਨੇ ਮਰਜ਼ੀ ਇਕੱਠੇ ਬੱਚੇ ਉਹਨੂੰ ਕਿ ਐਕਸੈਸ ਕਰ ਲਓ ਠੀਕ ਹੈ ਸੋ ਜਿਹੜਾ ਹੈ ਸੌਫਟਵੇਅਰ ਉਹਨੂੰ ਮੈਨੇਜ ਕਰਦਾ ਉਹਨੂੰ ਬੋਲਦੇ ਡੀਬੀਐਮਐਸ ਠੀਕ ਹੈ ਸੋ ਡੀਬੀਐਮਐਸ ਦਾ ਫਾਦਰ ਗੋਣ ਹੈ ਈਐਫ ਕੋਡ ਠੀਕ ਹੈ ਇਹ ਵੀ ਇੱਕ ਲੱਗ ਸਬਜੈਕਟ ਹੈ ਜਿਵੇਂ ਮੈਂ ਤੁਹਾਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੱਸਿਆ ਸੀ ਇਹ ਵੀ ਇੱਕ ਡਿਫਰੈਂਟ ਸਬਜੈਕਟ ਹੈ ਡਾਟਾਬੇਸ ਮੈਨੇਜਮੈਂਟ ਸੌਫਟਵੇਅਰ ਸੋ ਇਹ ਵੀ ਕਾਫੀ ਇੰਟਰਸਟਿੰਗ ਹੈ ਠੀਕ ਨੈਕਸਟ ਕੁਐਸਚਨ ਦੇਖੋ ਵਟ ਇਜ਼ ਦਾ ਨੇਮ 기ਵਨ ਟੂ ਦਾ 뷰 ਆਫ ਦਾ ਡਾਟਾਬੇਸ ਥੈਟ ਅਪੀਅਰ ਟੂ ਐਪਲੀਕੇਸ਼ਨ ਪ੍ਰੋਗਰਾਮ ਠੀਕ ਹੈ ਕਹਿੰਦਾ 뷰 ਆਫ ਡਾਟਾਬੇਸ ਡਾਟਾਬੇਸ ਕਿਸ ਤਰ੍ਹਾਂ ਦਾ ਦਿਖਦਾ ਹੈ ਥੈਟ ਅਪੀਅਰਸ ਟੂ ਐਪਲੀਕੇਸ਼ਨ ਪ੍ਰੋਗਰਾਮ ਕਿਸੇ ਐਪਲੀਕੇਸ਼ਨ ਪ੍ਰੋਗਰਾਮ ਨੂੰ ਡਾਟਾਬੇਸ ਕਿਸ ਤਰ੍ਹਾਂ ਦਾ ਦਿਖਦਾ ਉਹਦਾ 뷰 ਉਹਦਾ ਨਾਮ ਕੀ ਉਸ ਨੂੰ ਬੋਲਦੇ ਜੀ ਸਬਸਕੀਮਾ ਠੀਕ ਹੈ ਜੀ ਸਬਸਕੀਮਾ ਇੱਕ ਤਾਂ ਜੀ ਐਪਲੀਕੇਸ਼ਨ ਪ੍ਰੋਗਰਾਮ ਨੂੰ ਜਿਸ ਤਰ੍ਹਾਂ ਡਾਟਾ ਦਿਖ ਰਿਹਾ ਉਹਨੂੰ ਤਾਂ ਸਬਸਕੀਮਾ ਕਹਿੰਦੇ ਆ ਇੱਕ ਹੁੰਦਾ ਜੀ ਡਾਟਾਬੇਸ ਯੂਜ਼ਰ ਨੂੰ ਕਿਸ ਤਰ੍ਹਾਂ ਦਿਖ ਰਿਹਾ ਹੈ ਯੂਜ਼ਰ ਨੂੰ ਦਿਖ ਰਿਹਾ ਉਸ ਨੂੰ ਬੋਲਦੇ ਫਰੰਟ ਐਂਡ ਉਸ ਨੂੰ ਬੋਲਦੇ ਆ ਫਰੰਟ ਐਂਡ ਜਿਵੇਂ ਤੁਸੀਂ ਆ ਪੋਸਟਾਂ ਭਰਦੇ ਹੋ ਠੀਕ ਹੈ ਮੰਨ ਲਓ ਪੰਜਾਹ ਫਟਵਾਰੀ ਦੇ ਭਰੀਏ ਨੇ ਜਿਹੜਾ ਉੱਥੇ ਤੁਹਾਨੂੰ ਫਾਰਮ ਦਿਖ ਰਿਹਾ ਕਿ ਫਸਟ ਨੇਮ ਲਾਸਟ ਨੇਮ ਆ ਕੋਲ ਬੱਚੇ ਤੁਸੀਂ ਡਾਟਾ ਸੇਵ ਕਰਨਾ ਜਿਹੜੀ ਜੀ ਤੁਹਾਨੂੰ ਵੈਬਸਾਈਟ ਦੇ ਉੱਪਰ ਐਕਚੁਅਲ ਦਿਖ ਰਹੀ ਹੈ ਉਹ ਤਾਂ ਹੈਗੀ ਜੀ ਫਰੰਟ ਐਂਡ ਠੀਕ ਹੈ ਫਰੰਟ ਐਂਡ ਉਹ ਹੋਰ ਤਨੰਦੀ ਦਿਖਦੀ ਹੈ ਔਰ ਜਿਆਦਾ ਡਾਟਾ ਕਿਤੇ ਹੋਰ ਜਾ ਕੇ ਸੇਵ ਹੋ ਜਾਂਦਾ ਓਕੇ ਇੱਕ ਟੇਬਲ ਦੀ ਫਾਰਮ ਦੇ ਵਿੱਚ ਸੇਵ ਹੋ ਜਾਂਦਾ ਸੋ ਜਿਹੜਾ ਉਹ ਵੀਊ ਬਣਦਾ ਉਹ ਡਿਫਰੈਂਟ ਹੁੰਦਾ ਉਹ ਐਪਲੀਕੇਸ਼ਨ ਨੂੰ ਹੀ ਦਿਖਦਾ ਠੀਕ ਹੈ ਜਿਹੜੀ ਜਿਹੜੀ ਜੀ ਐਪਲੀਕੇਸ਼ਨ ਨੂੰ ਦੇਖਦੇ ਉਹਨੂੰ ਬੋਲਦੇ ਸਬਸਕੀਮਾ ਠੀਕ ਹੈ ਜੀ ਸੋ ਦੇਦੇ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਆ ਵਾਟ ਆਰ ਦਾ ਫੋਲੋਇੰਗ ਆਬਜੈਕਟਸ ਆਫ ਮਾਈਕਰੋਸਾਫਟ ਅਸੈਸ ਠੀਕ ਹੈ ਮਾਈਕਰੋਸਾਫਟ ਅਸੈਸ ਕੀ ਹੈ ਹੁਣ ਇਹ ਵੀ ਇੱਕ ਡਾਟਾਬੇਸ ਮੈਨੇਜਮੈਂਟ ਸੌਫਟਵੇਅਰ ਹੈ ਮਾਈਕਰੋਸਾਫਟ ਦੁਆਰਾ ਪ੍ਰੋਵਾਈਡ ਕੀਤਾ ਗਿਆ ਹੈ ਇਹ ਮਾਈਕਰੋਸਾਫਟ ਅਸੈਸ ਠੀਕ ਹੈ ਇਹ ਵੀ ਕੀ ਹੈ ਡਾਟਾਬੇਸ ਮੈਨੇਜਮੈਂਟ ਸੌਫਟਵੇਅਰ ਹੈ ਇਹਦੇ ਵਿੱਚ ਕਹਿੰਦਾ ਕਿਹੜੇ ਕਿਹੜੇ ਆਬਜੈਕਟ ਯੂਜ਼ ਕਰਦੇ ਆ ਇਹਦੇ ਵਿੱਚ ਅਸੀਂ ਟੇਬਲ ਯੂਜ਼ ਕਰਦੇ ਆ ਕਿਊਰੀਜ਼ ਯੂਜ਼ ਕਰਦੇ ਆ ਔਰ ਰਿਪੋਰਟਸ ਯੂਜ਼ ਕਰਦੇ ਆ ਠੀਕ ਹੈ ਜੀ ਕਿਊਰੀ ਕੀ ਹੁੰਦੀ ਹੈ ਜਿਵੇਂ ਹੁਣ ਕੀ ਹੈ ਮੈਂ ਤੁਹਾਨੂੰ ਦੱਸਿਆ ਸੀ 1 ਲੱਖ ਬੱਚਿਆਂ ਦਾ ਡਾਟਾ ਸਟੋਰ ਕੀਤਾ ਹੋਇਆ ਉਹਦੇ ਵਿੱਚੋਂ ਟੌਪ 100 ਸਟੂਡੈਂਟ ਦੀ ਲਿਸਟ ਫਾਈਂਡ ਆਊਟ ਕਰਨੀ ਹੈ ਮੈਂ ਕੀ ਇੱਕ ਕਿਊਰੀ ਕਿਊਰੀ ਲਿਖੂੰਗਾ ਉਹਦੇ ਵਿੱਚ ਠੀਕ ਹੈ ਕਿ ਮੈਨੂੰ ਟੌਪ 100 ਸਟੂਡੈਂਟਸ ਦੀ ਲਿਸਟ ਚਾਹੀਦੀ ਹੈ ਉਸ ਨੂੰ ਕਿਊਰੀ ਬੋਲਦੇ ਆ ਉਹ ਜਦੋਂ ਮੈਨੂੰ ਸ਼ੋਅ ਕਰ ਦੂਗਾ ਉਹ ਕੀ ਕਰੂਗਾ ਰਿਪੋਰਟ ਬਣਾ ਦੂਗਾ ਉਹ ਟੇਬਲ ਕੀ ਹੈ ਜਿਹਦੀ ਫਾਰਮ ਦੇ ਵਿੱਚ ਕੀ ਡਾਟਾ ਸਟੋਰ ਕੀਤਾ ਹੋਇਆ ਸੋ ਸਾਰੇ ਕੀ ਇਹ ਚੀਜ਼ਾਂ ਇਹ ਮਾਈਕਰੋਸਾਫਟ ਦੇ ਵਿੱਚ ਐਕਸੈਸ ਦੇ ਵਿੱਚ ਯੂਜ਼ ਹੁੰਦੀਆਂ ਸਾਰੇ ਮੇਨ ਆਬਜੈਕਟਸ ਨੇ ਸੋ ਆਨਸਰ ਆ ਜਾਏਗਾ ਸਾਡਾ 올 ਆਫ द ਅਬਵ ਸੋ ਹੈਗਾ ਕਿ ਇਹ ਡਾਟਾਬੇਸ ਇਨ MS ਐਕਸੈਸ ਆਰ ਕੰਪੋਜ਼ਡ ਆਫ 4 ਆਬਜੈਕਟ ਚਾਰ ਆਬਜੈਕਟ ਹੁੰਦੇ ਨੇ ਟੇਬਲਸ ਕੁਰੀਜ਼ ਫਾਰਮਸ ਰਿਪੋਰਟ ਫਾਰਮ ਕੀ ਹੁੰਦੇ ਆ ਜਿਹੜੇ ਕਿ ਯੂਜ਼ਰ ਨੂੰ ਦਿਖਦੇ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਤੁਸੀਂ ਫਾਰਮ ਫਿਲ ਕਰਦੇ ਆ ਜਿਹੜੀ ਚੀਜ਼ ਤੁਹਾਨੂੰ ਦਿਖ ਰਹੀ ਆ ਉੱਥੇ ਉਸ ਚੀਜ਼ ਨੂੰ ਬੋਲਦੇ ਆ ਜੀ ਫਾਰਮ ਠੀਕ ਹੈ ਜਿਸ ਤਰ੍ਹਾਂ ਫੇਸਬੁੱਕ ਦੇ ਉੱਪਰ ਤੁਸੀਂ ਨਵਾਂ ਅਕਾਊਂਟ ਬਣਾਉਣਾ ਤੇ ਸਾਈਨ ਅਪ ਸਾਈਨ ਅਪ ਦਾ ਫਾਰਮ ਦਿੱਤਾ ਹੁੰਦਾ ਨਾ ਕਿ ਇੱਥੇ ਫਰਸਟ ਨੇਮ ਭਰੋ ਲਾਸਟ ਨੇਮ ਭਰੋ ਡੇਟ ਆਫ ਬਰਥ ਭਰੋ ਠੀਕ ਹੈ ਮੋਬਾਈਲ ਨੰਬਰ ਭਰੋ ਬਾਕੀ تینੇ ਚੀਜ਼ ਜਮੈਂ ਤੁਹਾਨੂੰ ਦੱਸਤੀਆਂ ਟੇਬਲ ਕੁਰੀ ਰਿਪੋਰਟ ਸਵੇ ਚਾਰੇ ਚੀਜ਼ਾਂ ਹੁੰਦੀ ਨੇ ਐਮ ਐਸ ਐਸ ਦਾ ਪਾਰਟ ਟੁਗੇਦਰ ਥੀਜ਼ ਆਬਜੈਕਟ ਅਲੋਅਸ ਟੂ ਐਂਟਰ ਸਟੋਰ ਐਨਲਾਈਜ਼ ਕੰਪਾਈਲ ਡਾਟਾ ਅਕੋਰਡਿੰਗ ਟੂ ਵਿਸ਼ ਇਹ ਚਾਰੇ ਚੀਜ਼ਾਂ ਮਿਲਾ ਕੇ ਕਿ ਤੁਸੀਂ ਉਹਦੇ ਵਿੱਚ ਡਾਟਾ ਐਂਟਰ ਕਰ ਸਕਦੇ ਹੋ ਪੱਕੇ ਤੌਰ ਤੇ ਸਟੋਰ ਕਰ ਸਕਦੇ ਹੋ ਉਹਨੂੰ ਐਨਲਾਈਜ਼ ਕਰ ਸਕਦੇ ਹੋ ਡਾਟਾ ਨੂੰ ਕੰਪਾਈਲ ਵੀ ਕਰ ਸਕਦੇ ਹੋ ਅਕੋਰਡਿੰਗ ਟੂ ਯਰ ਵਿਸ਼ ਠੀਕ ਹੈ ਜਿਵੇਂ ਤੁਹਾਡੀ ਵਿਸ਼ੇ ਜਿਵੇਂ ਮਰਜ਼ੀ ਕਰੋ ਡਾਟਾ ਜਿਹੜਾ ਤੁਹਾਡਾ ਹੋ ਗਿਆ ਠੀਕ ਹੈ ਸੋ ਨੈਕਸਟ ਕੁਐਸਚਨ ਹੈਗਾ ਵਾਟ ਇਜ਼ ਦਾ ਫੁੱਲ ਫਾਰਮ ਆਫ ਹਿਟਸ ਹਿਟਸ host based intrusion detection system ਠੀਕ ਹੈ ਇਸ ਦੀ ਫੁੱਲ ਫਾਰਮ ਕੀ ਹੁੰਦੀ ਆ host based intrusion detection system ਹੁੰਦਾ ਕੀ ਹੈ ਜਿਹੜਾ ਇਹ host based intrusion detection system ਹੁੰਦਾ ਹੈ ਇਹ ਕੀ ਇਟ ਇਜ਼ ਅ ਕੈਪेबल ਆਫ ਮੋਨਿਟਰਿੰਗ ਐਂਡ ਐਨਲਾਈਜ਼ਿੰਗ ਇੰਟਰਨਲ ਆਫ ਕੰਪਿਊਟਿੰਗ ਸਿਸਟਮ ਐਸ ਵੈਲ ਐਸ ਦਾ ਨੈਟਵਰਕ ਪੈਕੇਟਸ ਓਨ ਇਟਸ ਨੈਟਵਰਕ ਇੰਟਰਫੇਸਸ ਠੀਕ ਹੈ ਇਹਦੇ ਵਿੱਚ ਇੰਨੀ ਕੈਪੇਬਿਲਟੀ ਹੁੰਦੀ ਹੈ ਮੋਨਿਟਰ ਕਰ ਸਕਦਾ ਹੈ ਕੰਪਿਊਟਰ ਸਿਸਟਮ ਦੇ ਇੰਟਰਨਲ ਪਾਰਟਸ ਨੂੰ ਠੀਕ ਹੈ ਇੰਟਰਨਲ ਕੀ ਕਿਸ ਤਰ੍ਹਾਂ ਕੰਮ ਚੱਲ ਰਿਹਾ ਹੈ ਉਸ ਨੂੰ ਐਨਲਾਈਜ਼ ਕਰ ਸਕਦਾ ਹੈ ਔਰ ਨੈਟਵਰਕ ਪੈਕੇਟਸ ਨੂੰ ਨੈਟਵਰਕ ਪੈਕੇਟਸ ਕੀ ਹੁੰਦੇ ਨੇ ਹੁਣ ਕੋਈ ਵੀ ਤੁਸੀਂ ਈਮੇਲ ਸੈਂਡ ਕਰਦੇ ਹੋ ਕੋਈ ਮੂਵੀ ਸੈਂਡ ਕਰਦੇ ਨੇ ਨੈਟ ਦੇ ਉੱਪਰ ਉਹ ਕੀ ਇੱਕ ਛੋਟੇ ਛੋਟੇ ਪੈਕੇਟ ਦੇ ਵਿੱਚ ਡਾਟਾ ਮੂਵ ਕਰਦਾ ਹੈ ਤੁਹਾਡਾ ਸਿੱਧੀ ਵੀਡੀਓ ਉਧਰ ਨਹੀਂ ਚਲੀ ਜਾਂਦੀ ਛੋਟੇ ਛੋਟੇ ਪੈਕੇਟ ਦੇ ਵਿੱਚ ਡਿਵਾਈਡ ਕਰਕੇ ਭੇਜਦੇ ਨੇ ਉਹਨਾਂ ਨੂੰ ਬੋਲਦੇ ਜੀ ਪੈਕੇਟਸ ਡਾਟਾ ਪੈਕੇਟਸ ਠੀਕ ਹੈ ਇਹ ਜਿਹੜਾ ਸਿਸਟਮ ਹੈ ਹਿਟਸ ਉਹਕੇ ਤੁਹਾਡੇ ਇੰਟਰਨਲ ਇੰਟਰਨਲ ਜਿਹੜੀਆਂ ਚੀਜ਼ਾਂ ਨੇ ਕੰਪਿਊਟਰ ਦੀਆਂ ਉਹਨਾਂ ਨੂੰ ਵੀ ਡਿਟੈਕਟ ਕਰ ਸਕਦਾ ਮੋਨੀਟਰ ਕਰ ਸਕਦਾ ਹੈ ਉਹ ਜਿਹੜਾ ਅਸੀਂ ਡਾਟਾ ਸੈਂਡ ਕਰਦੇ ਆਂ ਨੈਟਵਰਕ ਦੇ ਥਰੂ ਉਸ ਨੂੰ ਵੀ ਡਿਟੈਕਟ ਕਰ ਸਕਦਾ ਠੀਕ ਹੈ ਇਟ ਇਸ ਦੀ ਫੁੱਲ ਫਾਰਮ ਜ਼ਰੂਰ ਯਾਦ ਰੱਖਣੀ ਹੈ ਹੋਸਟ ਬੇਸਡ ਇਨਟਰੂਜਨ ਡਿਟੈਕਸ਼ਨ ਸਿਸਟਮ ਠੀਕ ਹੈ ਜੀ ਦੇ ਨੈਕਸਟ ਕੁਐਸਚਨ ਵਿਚ ਆਫ ਦਾ ਫੋਲੋਇੰਗ ਇਜ਼ ਅ ਟਰਮ ਯੂਜ਼ ਟੂ ਡਿਸਕ੍ਰਾਈਬ ਦਾ ਪ੍ਰੋਸੈਸ ਆਫ ਫੋਰਕਾਸਟਿੰਗ ਇਨ ਡਾਟਾ ਠੀਕ ਹੈ ਜਿਸ ਤਰ੍ਹਾਂ ਅਸੀਂ ਵੈਦਰ ਫੋਰਕਾਸਟਿੰਗ ਕਰਦੇ ਆਂ ਕੀ ਮੌਸਮ ਦੀ ਪਹਿਲਾਂ ਹੀ ਜਾਣਕਾਰੀ ਦੱਸ ਦਿੰਦੇ ਨੇ ਕਿ ਹਾਂ ਯਾਰ ਕੱਲ ਨੂੰ ਵੀ ਪਏਗਾ ਪਰਸੋਂ ਵੀ ਪਏਗਾ ਉਹ ਚੀਜ਼ ਨੂੰ ਉਹਦਾ ਫੋਰਕਾਸਟਿੰਗ ਉਹ ਹੁੰਦੀ ਹੈ ਵੈਦਰ ਫੋਰਕਾਸਟਿੰਗ ਮੌਸਮ ਦੀ ਹੁਣ ਆਪਾਂ ਫੋਰਕਾਸਟਿੰਗ ਕਰ ਰਹੇ ਹਾਂ ਕਾਦੀ ਕਰ ਰਹੇ ਹਾਂ ਡਾਟਾ ਦੀ ਅਗਰ ਡਾਟਾ ਦੀ ਫੋਰਕਾਸਟਿੰਗ ਕਰਦੇ ਹਾਂ ਉਸ ਕੰਮ ਨੂੰ ਅਸੀਂ ਕਹਿੰਦੇ ਆ ਜੀ ਡਾਟਾ ਮਾਈਨਿੰਗ ਠੀਕ ਹੈ ਡਾਟਾ ਮਾਈਨਿੰਗ ਨੂੰ ਅਸੀਂ ਬੋਲਦੇ ਆ ਜੀ ਫੋਰਕਾਸਟਿੰਗ ਦਾ ਡਾਟਾ ਪਹਿਲਾਂ ਹੀ ਡਾਟਾ ਨੂੰ ਐਨਾਲਾਈਜ਼ ਕਰਕੇ ਪ੍ਰੈਡਿਕਟ ਕਰਦੇ ਹਾਂ ਠੀਕ ਹੈ ਜੀ ਸੋ ਦੇਖਦੇ ਆ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈਗਾ ਜੀ ਵਾਟ ਇਜ਼ ਅ ਨੇਮ 기ਵਨ ਟੂ ਇਲੈਕਟ੍ਰੋਨਿਕ ਡਿਵਾਈਸ ਥੈਟ ਰੀਸੀਵਸ ਸਿਗਨਲ ਐਂਡ ਰੀਟ੍ਰਾਂਸਮਿਟ ਇਟ ਐਟ ਅ ਹਾਇਰ ਲੈਵਲ ਠੀਕ ਹੈ ਸਪੋਜ਼ ਕਰ ਲੋ ਤੁਸੀਂ ਕੋਈ ਡਾਟਾ ਸੈਂਡ ਕਰਨਾ ਬੜੀ ਦੂਰ ਲੰਬੀ ਲੰਮਾ ਡਿਸਟੈਂਸ ਹੈ ਲੌਂਗ ਡਿਸਟੈਂਸ ਹੈ ਤਾਂ ਉਹ ਡਾਟਾ ਕੀ ਹੈ ਹੋੜੀ ਹੋੜੀ ਜਾ ਕੇ ਉੱਥੇ ਵੀਕ ਹੁੰਦੇ ਜਾਂਦੇ ਨੇ ਦੇ ਸਿਗਨਲਸ ਠੀਕ ਹੈ ਉਹਦੇ ਸਿਗਨਲ ਕੀ ਅੰਦਰ ਰਸਤੇ ਦੇ ਵਿੱਚ ਵੀਕ ਉਹ ਵੀਕ ਨਾ ਹੋਣ ਉਹਦੀ ਕਰਕੇ ਇੱਕ ਅਸੀਂ ਡਿਵਾਈਸ ਲਗਾ ਦਿੰਦੇ ਆ ਰਸਤੇ ਦੇ ਵਿੱਚ ਜਿਹੜਾ ਕਿ ਇਹ ਸਿਗਨਲ ਨੂੰ ਰਿਸੀਵ ਕਰਦਾ ਐਂਡ ਰੀਟਰਾਂਸਮਿਟ ਕਰਦਾ ਠੀਕ ਐ ਮੀਜ਼ੋ ਨੂੰ ਬੂਸਟ ਵੀ ਕਰਦਾ ਸਟਰੋਂਗ ਵੀ ਕਰਦਾ ਠੀਕ ਐ ਸੋ ਇਸ ਡਿਵਾਈਸ ਨੂੰ ਬੋਲਦੇ ਆ ਰਿਪੀਟਰ ਠੀਕ ਐ ਕੀ ਬੋਲਦੇ ਆ ਉਹਨੂੰ ਰਿਪੀਟਰ ਰਿਪੀਟਰ ਇਜ਼ ਅ ਇਲੈਕਟ੍ਰੋਨਿਕ ਡਿਵਾਈਸ ਦੈਟ ਰਿਸੀਵਸ ਅ ਸਿਗਨਲ ਐਂਡ ਰੀਟਰਾਂਸਮਿਟ ਇਟ ਐਟ ਹਾਇਰ ਲੈਵਲ ਠੀਕ ਐ ਕਿ ਉਹਨੂੰ ਅੱਗੇ ਹੋਰ ਫਾਰਵਰਡ ਕਰ ਦਿੰਦਾ ਠੀਕ ਐ ਜਿ ਸਿਗਨਲ ਨੂੰ ਵੀਕ ਨਹੀਂ ਹੋਣ ਦਿੰਦਾ ਸੋ ਕੋਈ ਵੀ ਰਸੀ ਸਾਡਾ ਨੈਟਵਰਕ ਤਿਆਰ ਕਰਦੇ ਆ ਸੋ ਕਾਫੀ ਦੂਰ ਹੁੰਦੇ ਨੇ ਕਿਲੋਮੀਟਰ ਤਾਂ ਰਸਤੇ ਦੇ ਵਿੱਚ ਰਿਪੀਟਰ ਲਗਾਏ ਜਾਂਦੇ ਨੇ ਜਿਸ ਤਰ੍ਹਾਂ ਸਾਰੇ ਸ਼ਹਿਰ ਦੇ ਵਿੱਚ ਡਿਸ਼ ਡਿਸ਼ ਲੱਗੀ ਹੁੰਦੀ ਸੀ ਠੀਕ ਹੈ ਸੋ ਡਿਸ਼ ਵਾਲੇ ਕੀ ਕਰਦੇ ਸੀ ਮੰਨ ਲਓ ਹੁਣ ਸ਼ਹਿਰ ਤੋਂ 15 ਕਿਲੋਮੀਟਰ ਅਸੀਂ ਡਿਸ਼ ਲੈ ਗਏ ਇਹ ਲੋਕਾਂ ਦੇ ਘਰਾਂ ਦੇ ਵਿੱਚ ਡਿਸ਼ ਲੱਗੀ ਹੋਈ ਹੈ ਰਸਤੇ ਜੇ ਅੱਗੇ ਉਹਦੀ ਕੁਆਲਿਟੀ ਡਾਊਨ ਹੋਣ ਲੱਗਦੀ ਚੈਨਲ ਸਾਫ਼ ਨਹੀਂ ਚੱਲਦੇ ਫਿਰ ਕਿਉਂ ਰਸਤੇ ਦੇ ਵਿੱਚ ਰਿਪੀਟਰ ਲਾ ਦਿੰਦੇ ਨੇ ਤਾਂ ਕਿ ਇਹ ਜਿਹੜੇ ਸਿਗਨਲ ਕਿ ਸਟਰੋਂਗ ਹੋ ਜਾਣ ਉਹ ਜਿਹੜੀ ਪਿਕਚਰ ਕੁਆਲਿਟੀ ਹੈ ਲਾਸਟ ਵਾਲੇ ਘਰ ਨੂੰ ਵੀ ਵਧੀਆ ਹੀ ਦਿਖੇ ਠੀਕ ਹੈ ਸੋ ਇਸ ਚੀਜ਼ ਨੂੰ ਬੋਲਦੇ ਆ ਰਿਪੀਟਰ ਨੈਕਸਟ ਕੁਐਸਚਨ ਦੇਖੋ ਵਿਚ ਆਫ ਦਾ ਫੋਲੋਇੰਗ ਡਿਵਾਈਸਸ ਕਨਵਰਟ ਡਿਜੀਟਲ ਸਿਗਨਲ ਟੂ ਐਨਲੌਗ ਸਿਗਨਲ ਠੀਕ ਹੈ ਕਿਹੜਾ ਡਿਵਾਈਸ ਹੈ ਜਿਹੜਾ ਡਿਜੀਟਲ ਸਿਗਨਲ ਨੂੰ ਐਨਲੌਗ ਦੇ ਵਿੱਚ ਕਨਵਰਟ ਕਰਦਾ ਹੈ ਐਂਡ ਵਾਈਸ ਵਰਸਾ ਵਾਈਸ ਵਰਸਾ ਮੀਨਸ ਐਨਲੌਗ ਨੂੰ ਡਿਜੀਟਲ ਦੇ ਵਿੱਚ ਕਨਵਰਟ ਕਰਦਾ ਹੈ ਇਹ ਹੁੰਦਾ ਜੀ ਮੋਡਮ ਮੋਡਮ ਦਾ ਕੰਮ ਕੀ ਹੈ ਐਨਲੌਗ ਟੂ ਡਿਜੀਟਲ ਐਂਡ ਡਿਜੀਟਲ ਟੂ ਐਨਲੌਗ ਸਿਗਨਲਸ ਨੂੰ ਕਨਵਰਟ ਕਰਨਾ ਇਹ ਬੇਸਿਕਲੀ ਜੀ ਇੰਟਰਨੈਟ ਚਲਾਉਣ ਲਈ ਯੂਜ਼ ਕਰਦੇ ਆ ਜਿਹੜਾ ਸਾਡਾ ਕੰਪਿਊਟਰ ਹੈ ਉਹ ਡਿਜੀਟਲ ਸਿਗਨਲ ਨੂੰ ਹੀ ਫਾਲੋ ਕਰਦਾ ਹੈ ਤੇ ਜਿਹੜੀ ਪਿੱਛੋਂ ਵਾਇਰ ਆ ਰਹੀ ਹੁੰਦੀ ਹੈ ਬ੍ਰੌਡਬੈਂਡ ਦੀ ਉਹ ਐਨਾਲੌਗ ਸਿਗਨਲ ਹੀ ਪੀਕਅਪ ਕਰਦੀ ਹੈ ਸੋ ਜਦੋਂ ਪਿੱਛੋਂ ਜੋ ਡਾਟਾ ਆ ਰਿਹਾ ਹੁੰਦਾ ਐਨਾਲੌਗ ਸਿਗਨਲ ਦਾ ਆ ਰਿਹਾ ਹੁੰਦਾ ਫਿਰ ਮੋਡਮ ਉਹਨੂੰ ਕਨਵਰਟ ਕਰਕੇ ਡਿਜੀਟਲ ਬਣਾ ਦਿੰਦਾ ਸਾਡੇ ਕੰਪਿਊਟਰ ਨੂੰ ਕੰਪਿਊਟਰ ਦੇ ਵਿੱਚ ਆ ਜਾਂਦਾ ਕਿ ਜੋ ਕੰਪਿਊਟਰ ਨੇ ਸੈਂਡ ਕਰਨਾ ਹੁੰਦਾ ਫਿਰ ਇਹ ਡਿਜੀਟਲ ਸੈਂਡ ਕਰ ਦਿੰਦਾ ਮੋਡਮ ਕਿ ਉਹਨੂੰ ਡਿਜੀਟਲ ਨੂੰ ਕਨਵਰਟ ਕਰ ਦਿੰਦਾ ਜੀ ਐਨਾਲੌਗ ਦੇ ਵਿੱਚ ਫਿਰ ਉਹ ਵਾਇਰ ਦੇ ਥਰੂ ਐਨਾਲੌਗ ਦੇ ਵਿੱਚ ਹੀ ਜਾਂਦਾ ਫਿਰ ਜਿਹਦੇ ਘਰੇ ਵਾਗਿਆ ਉੱਥੇ ਮੋਡਮ ਲੱਗਿਆ ਹੋਗਾ ਉਹ ਐਨਾਲੌਗ ਤੋਂ ਡਿਜੀਟਲ ਕਰਕੇ ਵੇਡ ਵਾਈਸ ਹੀ ਲੋਡ ਪੈਂਦੀ ਆ ਸੋ ਸਾਨੂੰ ਲੋਡ ਪੈਂਦੀ ਜੀ ਮੋਡਮ ਦੀ ਠੀਕ ਹੈ ਜੀ ਸੋ ਥੈਂਕ ਯੂ so much for watching this video telegram ਦਾ ਗਰੁੱਪ ਹੈ ਜੀ ਲਿੰਕ ਦਿੱਤਾ ਹੋਇਆ ਇਸ ਨੂੰ ਜੁਆਇਨ ਕਰ ਲਓ ਫੇਸਬੁੱਕ ਪੇਜ ਵੀ ਦਿੱਤਾ ਹੈ ਫੇਸਬੁੱਕ ਪੇਜ ਉੱਪਰ ਤਾਂ ਮੇਰੇ ਬਲੌਗਸ ਪਏ ਹਨ ਠੀਕ ਹੈ ਸੋ ਤੁਸੀਂ ਜਰੂਰ ਜਾ ਕੇ ਦੇਖਿਓ ਅਗਰ ਬੋਰ ਹੋਗੇ ਸਟੱਡੀ ਤੋਂ ਸੋ ਠੀਕ ਹੈ ਮੈਂ ਨਹੀਂ ਕਹਿੰਦਾ ਕਿ ਪੜ੍ਹਾਈ ਛੱਡ ਕੇ ਦੇਖੋ ਪਰ ਜਦੋਂ ਜ਼ਿਆਦਾ ਪੜ੍ਹ ਲੇ ਮੰਨ ਲਓ 10 ਘੰਟੇ ਪੜ੍ਹ ਲੇ 12 ਘੰਟੇ ਪੜ੍ਹ ਲੇ ਐਂਟਰਟੇਨਮੈਂਟ ਕਰਨਾ ਹੈ ਤਾਂ ਫੇਸਬੁੱਕ ਪੇਜ ਮੇਰਾ ਜ਼ਰੂਰ ਖੋਲਿਓ ਸैम ਰੋਡਾ 636 ਲਾਈਕ ਕਰ ਦਿਓ ਪੇਜ ਨੂੰ ਸੋ ਜੇ ਉਦੋਂ ਮੈਂ ਕਾਫੀ ਜਾਂਦੀਆਂ ਫੈਮਿਲੀ ਵੀ ਬਲੌਗ ਵੀਡੀਓਜ਼ ਵੀ ਪਾਈਆਂ ਹੋਈਆਂ ਇਹ ਮੇਰੀ ਇੰਸਟਾਗ੍ਰam ਦੀ ਆਈਡੀ ਦਿੱਤੀ ਹੈ WhatsApp ਦਾ ਗਰੁੱਪ ਦਿੱਤਾ ਹੈ ਸੋ ਕਿਤੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਦਿਸ ਵੀਡੀਓ ਮਿਲਣ ਨੈਕਸਟ ਵੀਡੀਓ ਚ